ਸ੍ਰੀਕਾਲ ਆਂਟੀ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੈ? ਹਾਂ ਹਾਂ ਵਧੀਆ, ਤੁਸੀਂ ਦੱਸੋ ਠੀਕ ਹੋ? ਵਧੀਆ। ਕਿਵੇਂ ਗੇੜਾ ਮਾਰ ਲਿਆ ਅੱਜ? ਉਹੀ, ਵੈਸੇ ਮੈਂ ਲੰਘਦਾ ਸੀਗਾ ਇਧਰੋਂ। ਅੱਛਾ, ਮੈਂ ਕਿਹਾ ਚੱਲ ਬੇਬੇ ਦਾ ਪਤਾ ਲੈ ਚੱਲ ਕੇ। ਵਧੀਆ ਹੋ ਗਿਆ। ਹੋਰ ਤਾਂ ਮਾਮਾ ਦੇ ਬਰਾਬਰ ਸਮਝਦਾ, ਪਤਾ ਤਾਂ ਹੈ। ਹਾਂ ਪੁੱਤ, ਫਿਰ ਮੈਂ ਵੀ ਤਾਂ ਸਮਝ ਗਿਆ ਤੁਹਾਨੂੰ, ਆਦੇ ਪੁੱਤਾਂ ਵਾਂਗੂ ਮੈਂ ਕਿਹੜਾ ਫਰਕ ਰੱਖਦੀ ਹਾਂ ਕੋਈ। ਹੋਰ ਠੀਕ ਆ? ਹਾਂ ਵਧੀਆ। ਹੋਰ ਹੋਰ ਬਿਮਾਰੀ ਤੂੰ ਦੱਸ? ਬਿਮਾਰੀ ਤੋਂ ਬਚੀ ਆ? ਬਸ ਗੋਡਿਆਂ ਦਾ ਤੁਹਾਨੂੰ ਪਤਾ ਹੀ ਹੈ, ਉਹ ਠੀਕ ਆ ਮੈਂ। ਤੇ ਮਾਰਦੀ ਹੁੰਦੀ ਆ ਕੰਮੋ ਕੋਲੇ ਕਿਹੜਾ? ਹਾਂ ਜਾ ਹੀ ਆਉਣੀ ਹੁੰਦੀ ਆ। ਤੇ ਕਿਵੇਂ ਆ ਜ਼ਿੰਦਗੀ ਉਹਦੀ? ਬਸ ਠੀਕ ਹੈ। ਜਦੋਂ ਉਹਨੂੰ ਅਸੀਂ ਪੜ੍ਹਾਈ ਪੜ੍ਹਾਈ ਤਾਂ ਕਰਾਈ ਸੀ, ਗਾਹਾਂ ਨਹੀਂ ਪੜ੍ਹਾਇਆ ਹੈਗਾ, ਕਿਸੇ ਨੌਕਰੀ ਤੇ ਲੱਗ ਜਾਂਦੀ ਜਵਾਕ। ਤੁਸੀਂ ਤਾਂ ਗਾਹਾਂ ਵੀ ਡੋਬਤੀ, ਪਤਾ ਕਿੱਡੀ ਵੱਡੀ ਗਲਤੀ ਕੀਤੀ ਤੁਸੀਂ, ਗਾਹਾਂ ਡੋਬ ਕੇ। ਪਤਾ ਕਿੰਨੀ ਇੰਟੈਲੀਜੈਂਟ ਸੀਗੀ ਪੜ੍ਹਾਈ 'ਚ ਉਹ? ਪੜ੍ਹਾਈ ਤਾਂ ਬਾਹਲੀ ਸ਼ਹਿਰ ਇੰਨਾ ਸੀ, ਹੋਰ ਬਹੁਤ ਜ਼ਿਆਦਾ। ਬਾਹਲੀ ਵੱਡੀ ਗਲਤੀ ਕਰਤੀ ਤੁਸੀਂ, ਉਹਨਾਂ ਨੂੰ ਕਹਿ ਦਿਓ ਨਾ ਉਹ ਤਾਂ ਨੌਕਰੀ ਪੱਕੀ ਮਿਲੂ, ਵੀ ਗਾਹਾਂ ਪੜ੍ਹਾ ਦੇਣਗੇ। ਕੀ ਉਹ ਤਾਂ ਬੈਠੇ ਤਾਂ ਕਿਰਾਏ 'ਤੇ ਹੈ ਅਤੇ 8,500 ਤਾਂ ਕਮਾਉਂਦਾ ਮਹੀਨੇ ਦਾ, ਕੁਛ ਊਂ ਖਰਚ ਹੋ ਜਾਂਦਾ ਤੇ ਕੁਛ ਕਿਰਾਇਆ ਭਰ ਦਿੰਦਾ, ਕੀ ਬਚਦਾ ਕੀ ਉਹਦੇ ਕੋਲੇ? ਉਹ ਤੂੰ ਕੋਈ ਨਾ, ਬਾਪੂ ਬੈਠਾ ਉਹ ਕੰਮ ਕਰ ਲਿਆ ਕਰੇ, ਉਹਨਾਂ ਨੂੰ ਕਹਿ ਕੇ ਆ ਤੂੰ ਕੰਮੋਂ ਨੂੰ, ਕਹਿ ਤੂੰ ਪੜ੍ਹ ਲਾ। ਹੋਰ 4 ਅੱਖਰ ਪੜ੍ਹ ਲੇਂਗੀ, ਤੇਰਾ ਆਹ ਬੁਢਾਪਾ ਕੌਣ ਦੇਖੂਗਾ? ਕੱਲ ਨੂੰ ਮੰਜੇ ਤੇ ਬਹਿ ਗਈ, ਟੈਨਸ਼ਨਾਂ ਪੁੰਸ਼ਨਾਂ ਨਾਲ ਟਾਈਮ ਪਾਸ ਨਹੀਂ ਹੁੰਦਾ, ਤੇ ਵਧੀਆ ਨੌਕਰੀ ਤੇ ਲੱਗ ਗਈ, 2-4 ਹਜ਼ਾਰ ਤੈਨੂੰ ਦੇ ਦਿਆ ਕਰੂ। ਪੈਨਸ਼ਨਾਂ ਨਾਲ ਤਾਂ ਕੀ ਬਣਦਾ, ਆਉਂਦੇ ਮਗਰੋਂ ਪਹਿਲਾਂ ਲੱਗ ਜਾਂਦੇ, ਮੇਰੇ ਤੇ ਦਵਾਈ ਨਹੀਂ ਲੋਟ ਆਉਂਦੀ। ਦਵਾਈ ਨਹੀਂ ਲੋਟ ਆਉਂਦੀ, ਉਹਨਾਂ ਨੂੰ ਕਹਿ ਕੇ ਆਓ ਵੀ ਕੰਮੋਂ ਨੂੰ ਪੜ੍ਹਾ ਦਿਓ, 3 ਸਾਲਾਂ 'ਚ ਪੜ੍ਹ ਜੂਗੀ ਆਪੇ, ਉਦੋਂ ਨੂੰ ਤੂੰ ਬੈਠੀ ਆ। ਅਗਲਾ ਹੁਣ ਮੰਨ ਜੂ, ਹੁਣ ਆਪਣੇ ਹੱਥ ਥੋੜੀ ਆ ਕੋਈ ਗੱਲ, ਮੰਨੂਗਾ ਨਾਲ ਅਗਲਾ, ਨਾਲ ਕੋਈ ਨੌਕਰੀ ਨੁਕਰੀ ਦੇਖੀ ਜਾਊ, ਫਾਰਮ ਫੂਰਮ ਭਰੀ ਜਾਊਗੀ, ਆਪੇ ਸੈੱਟ ਹੋ ਜੂਗੀ। ਜਾ ਕੇ ਆ ਤੂੰ ਇੱਕ ਅੱਧੇ ਦਿਨ 'ਚ ਉਹਦੇ ਕੋਲ। ਜਾਇਆ ਕੱਲ ਨੂੰ ਜਾਇਆ ਫਿਰ ਮੈਂ। ਮੈਂ ਤਾਂ ਕਹਿੰਦਾ ਤੂੰ ਅੱਜ ਹੀ ਜਾਇਆ। ਅੱਧੀ ਵਗਣਾ ਉਹ ਰਾਹ ਨਾਲ ਤਾਂ ਹੈਗਾ, ਆ ਹੈ ਤਾਂ ਆਹੀ ਮੰਡੀ ਖੁਰਦ, ਤੇ ਫਿਰ ਤੂੰ ਜਾਇਆ ਘੰਟੇ 'ਚ। ਉਹ ਮੈਂ ਜਾਂਦਾ ਚੰਗਾ ਨਹੀਂ ਲੱਗਦਾ, ਤੈਨੂੰ ਪਤਾ ਅਗਲਾ ਕਹਿੰਦਾ ਪਤਾ ਨਹੀਂ 100 ਸਵਾਲ ਕਰਨਗੇ ਵੀ ਮੁੰਡਾ ਕੌਣ ਆ ਕਿਵੇਂ ਆ, ਹਨਾ? ਮੈਂ ਜਾ ਆਉਂਗੀ, ਜਾ ਹੀ ਆਉਣੀ ਆ। ਹਾਂ ਹਾਂ ਤੂੰ ਜਾਇਆ, ਕੰਮ ਧੰਦੇ ਤਾਂ ਮੈਂ ਨਿਬੇੜੀ ਬੈਠੀ। ਚੱਲ ਆ ਜਾ, ਅੱਡੇ ਤੇ ਤੈਨੂੰ ਮੈਂ ਛੱਡ ਜਾਣਾ। ਚੱਲ ਠੀਕ ਹੈ, ਚੰਗਾ। ਕੰਮੋ ਕੰਮੋ ਦਿਖਦੀ ਕਿਤੇ ਮੰਮੀ? ਹੋਰ ਤੂੰ ਕਿਵੇਂ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ? ਹਾਂ ਵਧੀਆ, ਤੂੰ ਦੱਸ? ਠੀਕ ਹੈ, ਮੈਂ ਪਾਣੀ ਲੈ ਕੇ ਆਉਣੀ, ਇੱਕ ਮਿੰਟ। ਲੈ ਜਾ। ਹਲੋ ਬਾਈ, ਹੋਰ ਦੱਸ, ਠੀਕ ਰਹਿੰਦੀ ਹੈ? ਠੀਕ ਹੈ ਵਧੀਆ, ਤੂੰ ਕਿਵੇਂ ਬਿਨਾਂ ਦੱਸੇ ਜੀ ਆ ਗਈ? ਪੁੱਤ ਫਿਰ ਤੂੰ ਤਾਂ ਨਹੀਂ ਆਉਂਦੀ, ਮੈਂ ਤਾਂ ਆ ਗਿਆ, ਮੈਂ ਆਖਿਆ ਮੈਂ ਹੀ ਜਾਇਆ, ਮੈਂ ਜਾ ਕੇ ਗੇੜਾ ਮਾਰਿਆ ਧੀ ਕੋਲੇ। ਲੈ ਆਵਾਂ ਕਿਹੜੇ ਹਿਸਾਬ ਨਾਲ, ਜੇ ਕੋਈ ਲੈ ਕੇ ਆਊ ਫੇਰ ਹੀ ਆਉਂਗੀ। ਆ ਇਕੱਲੀ ਤਾਂ ਆ ਵੀ ਨਹੀਂ ਸਕਦੀ ਫਿਰ ਤੂੰ। ਹੋਰ ਹੁਣ ਸਹੀ ਗੱਲ ਹੈ, ਤੇ ਕੰਮ ਤੇ ਜਾਂਦਾ? ਹਾਂ ਕੰਮ ਤੇ ਤਾਂ ਜਾਂਦਾ, ਹੁਣ ਮਿਲਿਆ ਹੋਰ ਥਾਂ ਲੱਗਿਆ ਕੰਮ ਤੇ, 6,000 ਰੁਪਇਆ ਸੈਲਰੀ ਆ ਕੁੱਲ। ਹੋਏ ਮੈਂ ਲਰਜਾਂ, 200 ਹੀ ਹੋਇਆ ਇੱਕ ਦਿਨ ਦਾ, ਤੇ ਹੋਰ ਉਹ ਘਰਾਂ ਦੇ ਦੁੱਧ ਵੀ ਮੁੱਲ ਦਾ ਸਾਰਾ ਕੁਛ। ਉਹ ਮੈਂ ਮਰ ਜਾ, ਮੈਂ ਤਾਂ ਐਂ ਕਹਿਣੀ ਆ ਤੈਨੂੰ, ਜਾਂ ਮੈਂ ਉਹਦੇ ਆਏ ਨਾਲ ਗੱਲ ਕਰ ਲੂੰ, ਜੇ ਤੈਨੂੰ ਤੇਰੇ ਆਪਣੀ ਰਾਏ ਆਏ ਤਾਂ ਵੀ, ਜੇ ਤੂੰ ਹੋਰ ਪੜ੍ਹ ਲੇ ਪੁੱਤ, ਜੇ ਤੂੰ ਹੋਰ ਪੜ੍ਹ ਲੇ ਤੇ ਪੈਰਾਂ ਤੇ ਖੜੀ ਹੋ ਜਾ, ਤੇ ਕੋਈ ਨੌਕਰੀ ਮਿਲ ਜੂ, ਫਾਰਮ ਭਰ ਦੇ, ਦੇਖਾ ਤੇਰੀ ਗਰੀਬੀ ਚੋਂ ਨਾ ਗਰੀਬੀ ਚੱਕੀ ਜਾਊਗੀ ਤੇਰੀ। ਉਹ ਤਾਂ ਗੱਲ ਮੈਂ ਸਮਝਦੀ ਹਾਂ, ਵੀ ਮੈਂ ਪੜ੍ਹ ਲਾਂ, ਚੱਲ ਸਰਕਾਰੀ ਨਾ ਪ੍ਰਾਈਵੇਟ ਬੰਦਾ ਨੌਕਰੀ ਕਰ ਲੈਂਦਾ, ਤੇ ਪੜ੍ਹੂ ਵੀ ਤਾਂ ਹੀ ਜੇ ਕੋਈ ਖਰਚਾ ਕਰੂਗਾ। ਹੁਣ ਮੇਰੀ ਗੱਲ ਸੁਣ, 6,000 ਆਉਂਦਾ ਠੀਕ ਹੈ ਨਾ, ਫੇ ਉਹਦੇ ਚੋਂ ਵੀ ਹੁਣ ਜਿਹੜੇ ਦੁਕਾਨਾਂ ਦੁਕਾਨਾਂ ਤੋਂ ਸੌਦਾ ਆਉਂਦਾ ਉਹ ਵੀ ਨਹੀਂ ਮੁੜਦੇ ਹੈਗੇ ਗੇ, ਖਰਚੇ ਤਾਂ ਹੋਰ ਨਹੀਂ ਪੂਰੇ ਆਉਂਦੇ, ਮੈਂ ਕਿੱਥੋਂ ਪੜ੍ਹ ਲਊਂਗੀ? ਨਹੀਂ ਉਹ ਤਾਂ ਤੇਰੀ ਗੱਲ ਮੈਂ ਸਮਝਦੀ ਹਾਂ, ਮੈਨੂੰ ਪਤਾ ਹੀ ਹੈ ਮੈਂ ਕਿਹੜਾ ਨਿਆਣੀ ਆ। ਦੇਖ ਬੁੱਤ, ਮੇਰੀ ਪੈਨਸ਼ਨ ਆ ਜਾਂਦੀ ਮਹੀਨੇ ਤੋਂ, 1500 ਤਾਂ ਮੈਨੂੰ ਉਹ ਮਿਲ ਜਾਂਦਾ, ਬਾਕੀ ਮੈਂ 2 ਘਰਾਂ ਦੇ ਕੰਮ ਕਰਦੀ ਹਾਂ, ਮੈਂ ਇਸੇ ਬਿਹਤਰ ਲਵਾ ਦੂੰ, ਮੈਂ ਕੀ ਪਹਿਲੀ ਗੱਲ ਕਰਨੀ ਆ? ਮੰਮੀ ਗਲਤੀ ਤਾਂ ਤੁਹਾਡੀ ਆ ਠੀਕ ਹੈ ਨਾ, ਮੈਂ ਤੁਹਾਨੂੰ ਕਿਹਾ ਸੀ ਵੀ ਮਾਂ ਦੇਖ ਲਾ ਮੈਂ ਤੇਰੇ ਨਾਲ ਕੰਮ ਕਰਕੇ ਮੈਂ ਅੱਗੇ ਪੜ੍ਹ ਲੂੰਗੀ ਠੀਕ ਹੈ, ਹੈ ਤੇ ਮੈਨੂੰ ਤੂੰ ਪੜ੍ਹਨ ਨਹੀਂ ਦਿੱਤਾ, ਮੇਰਾ ਵਿਆਹ ਕਰਤਾ। ਕੀ ਕਰਾਂ ਪੁੱਤ, ਅਗਲਾ ਐਂ ਦੇਖ ਲੈਂਦੇ ਨਿਗਾਹ ਮਾਰ ਲੈਂਦੇ, ਦੂਜੇ ਹੀ ਵੀ ਮਾਵਾਂ ਧੀਆਂ ਇਕੱਲੀਆਂ ਨੇ, ਤੇ ਪਿਓ ਦੀ ਜ਼ਬਾਨ ਪਗਾਈ ਹੈ, ਹੋਰ ਮੈਨੂੰ ਕੋਈ ਲਾਲਚ ਥੋੜੀ ਜੀ, ਮੈਂ ਕੀ ਝੋਲੀਆਂ ਭਰਾਈਆਂ ਨੇ, ਹੈ ਜਿਹੋ ਜਿਹਾ ਸੀਗੇ ਆਨੰਦ ਕਾਰਜ ਕਰਕੇ ਤੋਰਤਾ ਤੈਨੂੰ। ਹੁਣ ਮਾਂ ਫਿਰ ਜੇ ਮੈਂ ਕਹੂੰਗੀ, ਕਹੂਗਾ ਤੂੰ ਕਰ, ਤੈਨੂੰ ਕਿਹੜਾ ਦੀਂਦਾ ਨਹੀਂ ਹੈਗਾ ਗਾ ਵੀ ਘਰ ਦੇ ਖਰਚੇ ਹੈਗੇ, ਹੁਣ ਫਿਰ ਪੁੱਠਾ ਬੋਲੂ, ਪਿਛਲੇ ਸਾਲ ਵੀ ਤਾਂ ਮੇਰਾ ਐਂ ਸਾਲ ਖਰਾਬ ਕਰਾਤਾ। ਫਿਰ ਐਂ ਗਾਇਬ ਵਾਲਾ ਪੈ ਜੂ, ਤੈਨੂੰ ਕਹੀ ਤਾਂ ਜਾਂਦੇ ਵੀ ਤੇਰੀ ਅਸੀਂ ਵੀ ਸੀ, ਤਾਂ ਮੈਂ ਵੀ ਲਵਾਉਂਗੀ ਜਿੰਨੇ ਜੋਗਰੀ ਹੈਗੀ ਆ, ਕੁਛ ਉਹ ਕਰ ਲੂਗਾ। ਮੇਰੇ ਨਾਲ ਦੀਆਂ ਕੁੜੀਆਂ ਦੇਖ ਲਾ, ਉਹ ਇੱਕ ਕੈਨੇਡਾ ਚੱਲ ਗਈ ਤੇ ਫਿਰ, ਉਹ ਰਮਨ ਅਮਰੀਕਾ ਗਈ ਆ, ਸਾਰੀਆਂ ਪੜ੍ਹ ਲਿਖ ਕੇ ਸੈੱਟ ਹੋ ਗਈਆਂ, ਮੈਂ ਬਸ ਉੱਥੇ ਦੀ ਉੱਥੇ ਰਹਿ ਗਈ ਹੈਗੀ। ਮੈਂ ਤਾਂ ਪੁੱਤ ਇੰਨੇ ਕਹਿ ਸਕਦੀ, ਮੈਂ ਜਾਈ, ਮੈਂ ਤੈਨੂੰ ਕਿਹਾ ਸੀ ਮੰਮੀ ਮੈਨੂੰ
घर नहीं तकड़ा चाहिदा, मैनूं पढ़ा दे, मैं आपदे पैरां ते खड़ी हो जूंगी, पर ना मैं पढ़ी ते ना मैनूं घर चंगा मिलिया, बस मैं तां डुब गई, मेरे तां सुपने रोलते तुसीं। चल पुत, जेड़ा कुछ हो गया तो कर्मा की गल होंगी है, अगे अपना आपदा बचाना है या कोई काम करना हो, तेरे सारे पुत तू पढ़ी हुई है 12 है, अगे तू कर सकती है। चल मेरी गल सुन, गल्लां तां बथेरियां कर लईआं आपां, मैं चाह बनावां तेरे वास्ते, ना पुत चाह नहीं, तेनू पता मेरे किन्ना तेजाब बनता है, ते ते फिर फिर मैं ना एक दो दिन गेड़ा मारूंगी चन्नी नू, आप गल करके जाऊं चन्नी तू नू, बैठ ही जा, आए तो गल कर ही ली। की पता कदों आऊगा, ये भी सही है, और हाँ उहदा नहीं तो की शाम नू पता मिलना। हाँ है, मैं तो फिर आ जाऊंगी, तू फोन कर दी चल मैनू, ठीक है, है ठीक चल ठीक है। है, चंगा चंगा। दस हूँ बिलकदी फिरदी हैगी भी, असीं सहायता कर देंगे, जे पहली ना ब्याह कर दी पढ़ा देंदी। कमो रोटी बनाती, की केड़ियां रोटियां, मेरे तो नहीं बनती रोटी, रोटी की गल होगी? तो गल होगी कि हर रोज कह देनी है भी मैं पढ़न लगना, भाई पढ़न लगना के मैं पढ़ना गा, मेरी तो गल ही नहीं सुनता पिया कोई। कमो अपने घर दे हालात देख, तू हूं 7-8 हजार तनखा लेना, मैं तेन कितों पढ़ा दा? मैं तू तो मेनू चज दे कपड़े भी नहीं लैके दे सकदा, ते फिर ब्याह ही क्यों कराया सीगा, जे 7-8 हजार लेंदा सी जो तो 20 हजार लेने लग जाए तो उदो करा लेंदा। हुण घर दियां मजबूरियां, बापू ना बीमार हुंदा। तेरी तो मजबूरियां नेगियां, मेरे तो सुपने रोलते ना। तो कमाल करी ने, बापू ते बड़ा खर्चा हो गया, 10 लाख रुपया लग गया, ये घर ना बेचना पैंदा आपां नूं, फिर तेरे सारे शौक पूरे करा दिंदा मैं। मैनू की पता घर सीवा सीगा भी कि नहीं सीगा, मैं तेरी गल्लां दा पता ही नहीं हैगा, मैं किवें यकीन करा हो जो मेरे मां बाप जिन्हां ने बिना देखे तो सिट्टा, कुछ देखिया नहीं करिया नहीं। कमो दे, घर दे हालात सही हो जाते, तेनू पढ़ा दूंगा मैं। ये सही होने नहीं, तू मैनू पढ़ाउणा नहीं, ठीक है ना, लारे नालों सीधा कह दे भाई मेरे तो हाथ खड़े ने, मैं तो तेनू पढ़ा नहीं सकदा। हुण रोटियां पालदा गा, मैं कड़ा इतने कम करना आई हैगी, मेरे कोई सुपने सीगे मेरे नाल दियां देख लो कनेडा अमेरिका तक फिर दियां ने, मैं बैठी हूं इथे। दे कमो, कोई गल नहीं, मैं ओवर टाइम ला दिया करूंगा, तेन पढ़ाऊंगा लाजमी, पर 2-3 महीने का वक्त दे मैनू। आहो आ साल मेरा फिर खराब हो जाए, अगले साल दे फिर गल जावे, तू तो यही चाहना होना का हर पहला भी ये क्या सीगे मेनू भी आ 2 महीने दे दे, साल मेरा उदो खराब हो गया, ऐतकी कर देगा, कर तू कोई सकना नहीं, कमाई तेरी है नहीं कि तू मेनू कितने पढ़ा देगा। तेन मैं कह ही दिता ओवर टाइम लाया करूंगा मैं। जो लाएगा देखी जाऊ, उधर रोटियां पका के दे दूंगी जो तो पढ़ना लाता, नहीं पका ला नाले बापू नु खवा दे नाले आप खा ला जाके, मेरे तो न पाला आके बह जूगा सराहने, मैं आए कर दू, मैं आए कर दू, जो करेगा देखी जाऊ। कमो मेरी मजबूरी समझ, तू मजबूरी समझ, तू पहले ही जवाब दे दिंदा ठीक है ना, मेरे मां बाप नु कह दिंदा भाई मैं तुहाडी कुड़ी नु पढ़ा नहीं सकदा गा, वो ना कर दे। मैनू की पता जी एकदम बापू बीमार हो जूगा, बीमारी का की पता लगता हुंदा, कि दस के आउंदी है, ब्याह तो 10 की कराया सी ना, उदो हालात सारे सही सी। चल जा यार मेरा दिमाग ना खराब, चल जा हुण, हद कर दिंदा। पुत्तो आ गल सुन के जा मेरी। हाँ पु दस। पुत देखा बापू का की दसे, पर मेरा फिर भी हक कहण दा, तू तो सियाणा गा, जो बंदा ब्याह जांदा ना उहदे हत्थ कबीलदारे आ जांदी है, सियाणे कहिंदे आ बंदे नूं ना चारे पासे देखण लग जांदे आ, ब्याह तो पहलां ना इक पासा दीदा हुंदा, हुण तू ब्याह हैगा तैनूं चारे पासे देखणे चाहीदे आ वी आपणे की हुंदा की नहीं हुंदा, पर मैं तेरियां हुण सारियां गल्लां सुण लईआं, ठीक है, जे पढ़ नूं कहिंदे इहनूं पढ़ा दे तूं। बापू कित्थों पढ़ाया मैं? देख पुत्ता मैं तो यही गल कहना, देख अपने कोई होर भी है नहीं, तेरा इन्नी ही 4 रोटियां ला के दे जाओ, मुड़ के किसी ने जे के ना गलबात बन गई ना, मुड़ के किसी ने अपन साग में नहीं करना, अगला कहूगा ना सारा नुक्स तेरे जाके निकलिया हुआ, है नी मुंडे जो कोई कान मी ना,
ਤੈਨੂੰ ਪਤਾ ਅੱਜ ਕੱਲ੍ਹ ਮੁੰਡਿਆਂ 'ਤੇ ਦਾਗ ਲੱਗਦਾ, ਕੁੜੀ 'ਤੇ ਕੋਈ ਦਾਗ ਨਹੀਂ ਲੱਗਦਾ। ਇਹ ਤਾਂ ਜਾ ਕੇ ਹੋਰ ਵਿਆਹ ਕਰਾ ਲਊ ਕਿਤੇ, ਤੇਰੀ ਕਿਸੇ ਨੇ ਨਹੀਂ ਪੁੱਛਣੀ। ਆਪਾਂ ਇੱਥੇ ਨਾ ਰੋਟੀਆਂ ਲਾਉਂਦੀ ਮਰ ਜਾਂਗੇ। ਪਹਿਲਾਂ ਮੇਰੀ ਉਮਰ ਲੰਘ ਗਈ ਸਾਰੀ, ਹੁਣ ਫਿਰ ਤੇਰੀ ਲੰਘ ਜਾਊਗੀ। ਚੱਲ ਮੈਂ ਤਾਂ ਨੰਘਾਉਣ ਵਾਲੇ ਨੰਘਾ ਲਈ, ਜੇ ਤੂੰ ਵੀ ਐਂ ਨੰਘਾ ਲਏਗਾ ਤਾਂ ਮੈਂ ਰੱਬ ਕੋਲ ਵੀ ਕੀ ਜਵਾਬ ਦੇਊਂਗਾ ਵੀ ਸਾਡੀ ਕਿਸੇ ਤੋਂ ਦੋਨਾਂ ਪਿਆ ਪੁੱਤਾਂ ਦੀ ਮਾੜੀ ਲਿਖਦੀ ਸੀ। ਬਾਪੂ ਦੇ 8,000 ਰੁਪਏ ਮੇਰੇ ਤਨਖਾਹ, ਉਹ 'ਚ 4,000 ਰੁਪਏ ਕਿਰਾਇਆ। ਦੇਖ ਪੁੱਤ, ਚਾਹੇ 8 ਆਉਂਦੀ ਹੈ, ਚਾਹੇ 4 ਆਉਂਦੀ ਹੈ, ਚਾਹੇ 2 ਆਉਂਦੀ ਹੈ, ਮੈਨੂੰ ਇਹ ਤੱਕ ਕੋਈ ਮਸਲਾ ਨਹੀਂ। ਇਹਨੂੰ ਪੜ੍ਹਾ, ਚੱਲ ਤੂੰ ਨਹੀਂ ਬਾਹਲਾ ਕਰਦਾ ਕੋਈ ਗੱਲ ਨਹੀਂ, ਹੁਣ ਮੈਂ ਮਾੜਾ ਛੱਟਾਂਗਾ। ਮੈਂ ਵੀ ਹੌਲੀ ਹੌਲੀ ਮੈਂ ਵਗ ਜਾ ਕਰੂੰ ਕੰਮ 'ਤੇ, ਜਿਹੜੇ ਪੈਸੇ ਮੈਂ ਲਿਆ ਕਰੂੰ ਨਾ ਮੈਂ ਇਹਨੂੰ ਦੇ ਦਿਆ ਕਰੂੰ, ਪਰ ਤੂੰ ਇਹਨੂੰ ਪੜ੍ਹਾ ਲਾ। ਬਾਪੂ ਤੇਰੀ ਕੰਮ ਕਰਨ ਦੀ ਉਮਰ ਆ ਕੋਈ? ਉਹ ਚੰਗਾ ਲੱਗਦਾ ਕੰਮ ਕਰਦਾ, ਚਾਹੇ ਲੱਗੇ ਨਾ ਲੱਗੇ, ਪਰ ਜਿਹੜੇ ਹੁਣ ਹਾਲਾਤ ਬਣ ਗਏ ਨਾ ਘਰ ਦੇ, ਹੁਣ ਇਹ ਕਰਨੇ ਪੈਣਗੇ। ਦੇਖ ਬਾਪੂ ਅੱਗੇ ਤੇਰੀ ਮਰਜ਼ੀ ਆ, ਕਿੰਨੇ ਤੂੰ ਕਮਾਏਗਾ ਉੱਤੇ ਲੱਗ ਜਾਣਗੇ ਤੇਰੇ। ਕੋਈ ਨਹੀਂ, ਕਹਿੰਦੇ ਹੁੰਦੇ ਲੱਗ ਜਾਣਗੇ ਤਾਂ ਲੱਗ ਜਾਣ ਦੇ, ਜੇ ਮਰ ਜੂੰਗਾ ਤਾਂ ਵੀ ਮੇਰਾ ਤਾਂ ਫਾਇਦਾ ਹੋਜੂ ਬਹੁਤਾ, ਇੱਕ ਬੀਮਾ ਜਿਹਾ ਕਰਾਇਆ ਸੀ ਤੇਰੇ ਉਹੀ ਕੰਮ ਆ ਜਾਊ। ਪਰ ਮੈਂ ਜਿਹੜੀ ਆਸ ਪੂਰੀ ਕਰ ਲਈ ਨਾ, ਮੈਂ ਹੁਣ ਇਹਨੂੰ ਪੜ੍ਹਾ ਕੇ ਛੱਡੂੰਗਾ, ਚਾਹੇ ਮੈਂ ਕੋਈ ਕੰਮ ਕਰਦਾ ਕਰਦੇ ਦੀ ਸਾਹ ਨਿਕਲ ਜਾਣ, ਕੋਈ ਟੈਨਸ਼ਨ ਨਹੀਂ। ਉਹ ਮੈਂ ਵੀ ਕਿਹਾ 2-3 ਮਹੀਨੇ ਰੁਕ ਜਾ, ਓਵਰ ਟਾਈਮ ਲਾ ਲੂੰਗਾ, ਕੋਈ ਪੈਸੇ ਫੀਸ ਵਾਸਤੇ ਜੋੜ ਲਈਏ। ਪੁੱਤ ਇਹਨਾਂ ਨੂੰ ਕਿਹੜਾ ਸਮਝਾਵੇ, ਕਹਿੰਦਾ ਜਿਹਦੇ ਨਾਲ ਬੀਤੀ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ, ਇਹ ਇਹੀ ਸਲੀਅਤ ਮੇਰੇ ਨਾਲ ਬੀਤੀ ਵੀ ਆ, ਮੈਨੂੰ ਪਤਾ, ਮੈਂ ਆ ਬੈਠਾਂਗਾ। ਕਹਿੰਦੇ ਹੁੰਦੇ ਆ ਜੇ ਮੈਂ ਪਹਿਲਾਂ ਮੰਨੀ ਹੁੰਦੀ ਤਾਂ ਆ ਪਾਵੇ ਨੂੰ ਮੈਂ ਵੀ ਨਹੀਂ ਪਹੁੰਚਦਾ ਸੀ, ਉਹੀ ਗੱਲ ਜਿਹੜੀ ਮੇਰੇ ਨਾਲ ਹੋਈ ਆ ਮੈਂ ਕਹਿਣਾ ਚਾਹੁੰਦਾ ਤੇਰੇ ਨਾਲ ਵੀ ਨਾ ਹੋਵੇ, ਮੈਂ ਤਾਂ ਕਹਿਣਾ। ਜੇ ਤੂੰ ਆਦੀ ਇਹ ਅੜੀ 'ਤੇ ਰਹਿ ਗਿਆ ਨਾ, ਇਹ ਬਾਹਲਾ ਟਾਈਮ ਨਹੀਂ ਘੱਟ ਰੱਖਦਾ, 2-4 ਮਹੀਨੇ ਜਾ ਕੇ ਕੰਮ ਖਤਮ ਹੋ ਜਾਊ। ਚੱਲ ਠੀਕ ਹੈ ਬਾਪੂ, ਪਰ ਕਰਦੇ ਹਾਂ ਕੋਈ ਹੱਲ ਤਾਂ ਕਰਨਾ ਹੀ ਪਊਗਾ। ਹਾਂ ਮੈਂ ਤਾਂ ਹੀ ਕਹਿਣਾ, ਕਿਵੇਂ ਮਰਜ਼ੀ ਕਰ, ਹੱਲ ਕਰ ਕਿਵੇਂ ਮਰਜ਼ੀ ਕਰ, ਚਾਹੇ ਇਹਨੂੰ ਨੌਕਰੀ ਛੱਡ ਕੋਈ ਨੌਕਰੀ ਵੱਡੀ ਦੇ, ਜਿਵੇਂ ਮਰਜ਼ੀ ਕਰ, ਇਹਨੂੰ ਤਾਂ ਜੇ ਇਹਨੇ ਪੜ੍ਹਨ ਨੂੰ ਕਹਿਤਾ ਇਹ ਤਾਂ ਪੜ੍ਹ ਕੇ ਹਟੂਗੀ। ਚੱਲ ਐਂ ਕਰਦਾ ਬਾਪੂ, ਮੈਂ 50,000 ਵਾਲਾ ਲੋਨ ਲੈ ਲੈਂਦਾ। ਦੇਖ ਪੁੱਤ ਜਿਵੇਂ ਮਰਜ਼ੀ ਕਰ, ਪਰ ਮੈਂ ਤੁਹਾਨੂੰ ਦੱਸਦਾ ਜੇ ਇੰਨਾ ਕੁ ਮੈਂ ਇੱਥੋਂ ਹੁੰਦਾ ਮੈਂ ਕੰਮ ਕਰਕੇ ਤੇਰੇ ਨਾਲ ਮਦਦ ਜ਼ਰੂਰ ਕਰੂੰਗਾ, ਜਿੰਨਾ ਕੁ ਮੇਰੇ ਸਾਰੇ ਆ ਮੈਂ ਜ਼ਰੂਰ ਕਰੂੰਗਾ। ਚੱਲ ਠੀਕ ਬਾਪੂ, ਹੁਣ ਮੈਂ ਇੱਕ ਵਾਰੀ ਦੁਕਾਨ 'ਤੇ ਜਾਂਦਾ, ਬਾਬੂ ਤੋਂ ਪੈਸੇ ਮੰਗ ਲੈਂਦਾ ਵੀ ਦੇ ਦੇ 2 ਮਹੀਨਿਆਂ ਵਾਸਤੇ ਧਾਰੇ, ਪਰ ਕੀ ਕਰਿਆ ਪਹਿਲਾਂ ਵੀ ਉਹਦੇ ਸਿਰ ਟੁੱਟੇ ਪਏ ਆਪਾਂ ਦੇ। ਚਲ ਕੋਈ ਨਹੀਂ, ਇੱਥੇ ਨਾ ਕਿਸੇ ਦੇ ਮਿਸਤਰੀ ਲੱਗਿਆ ਗਾ ਖੇਤ, ਚੱਲ ਮੈਂ ਉੱਥੇ ਜਾਇਆ ਉਹਨਾਂ ਗਾ, ਕਹਿੰਦੇ ਸੀ ਕਿ ਇਹ ਜਿਹੋ ਜਿਹਾ ਭਾਈ ਹੌਲੀ ਹੌਲੀ ਹੋਇਆ ਕਰ ਲੂ, ਆਹ ਬੇਤੀ ਬਰੂਤੀ ਜੀ ਝਾਲ ਦਿਆ ਕਰੂੰਗਾ, ਇਹੋ ਜਿਹਾ ਕੰਮ ਮੈਂ ਕਰ ਲੂੰਗਾ, ਹੋਰ ਕੀ ਆ, ਜਿਹੜਾ ਮੈਥੋਂ ਹੋਇਆ ਮੈਂ ਵੀ ਕਰ ਲੂੰਗਾ, ਕਰਨਾ ਹੀ ਪਊਗਾ। ਜੇ ਕਹਿੰਦੇ ਹੁੰਦੇ ਆ ਜੇ ਮੈਂ ਤੇਰੇ ਲਈ ਨਾ ਕੁਛ ਕਰ ਸਕਿਆ, ਇਹ ਤਾਂ 2 ਹੁੰਦੇ ਆ, ਕਹਿੰਦੇ ਪਿਓ ਨੂੰ ਪੁੱਤ ਲਈ ਕੁਛ ਕਰਨਾ ਚਾਹੀਦਾ, ਪੁੱਤ ਨੂੰ ਪਿਓ ਲਈ ਕੁਛ ਕਰਨਾ ਚਾਹੀਦਾ, ਹਜੇ ਪਿਓ ਤੇਰਾ ਜਾਂਦਾ, ਜਿੰਨਾ ਕੁ ਹੋਇਆ ਮੈਂ ਫਿਰ ਵੀ ਜ਼ਰੂਰ ਕਰੂੰਗਾ, ਕੋਈ ਗੱਲ ਨਹੀਂ, ਮੈਨੂੰ ਤੇਰੇ 'ਤੇ ਕੋਈ ਗੁੱਸਾ ਨਹੀਂ ਗਾ ਵੀ ਮੈਂ ਕੰਮ ਕਰ ਦਾਂਗਾ, ਕਿਉਂ ਹਾਲਾਤ ਹੀ ਇਹੋ ਜਿਹੇ ਬਣ ਗਏ, ਜੇ ਮੈਂ ਹੁਣ ਹਾਲਾਤਾਂ ਨੂੰ ਨਾ ਸਮਝੂਗਾ ਤਾਂ ਮੇਰੀ ਵੀ ਗਲਤ ਗੱਲ ਹੈ ਇਹ, ਜੇ ਮੈਂ ਘਰੇ ਬੈਠਾ ਰਹੂੰਗਾ, ਜਿੰਨਾ ਕੁ ਮੈਂ ਤੋਂ ਹੁੰਦਾ ਮੈਂ ਹੱਥ ਪੱਲਾ ਹਿਲਾਊਂਗਾ। ਚੱਲ ਠੀਕ ਹੈ ਬਾਪੂ, ਮੈਂ ਵੀ ਲੇਟ ਹੋ ਜਾਣਾ, ਫਿਰ ਗਾਲਾਂ ਦੋ ਨਹੀਂ ਪਾਉਣੀ। ਤੂੰ ਜਾ ਤੇ ਮੈਂ ਵੀ ਅੱਜ ਕੰਮ ਦਾ ਪਤਾ ਲੈ ਕੇ ਆਉਣਾ, ਠੀਕ ਹੈ? ਚੱਲ ਠੀਕ। ਹਾਂ ਹੇ ਮੇਰੇ ਪਰਮਾਤਮਾ, ਮੈਂ ਤਾਂ ਤੇਰੇ ਕੋਲ ਇੱਕੋ ਹੀ ਅਰਜ਼ ਕਰਦਾ ਸੱਚੇ ਪਾਤਸ਼ਾਹ, ਮੈਂ ਤਾਂ ਇੱਕੋ ਹੀ ਇਹੀ ਅਰਜ਼ ਕਰਦਾ ਜਿਵੇਂ ਮੇਰਾ ਘਰ ਪੱਟਿਆ ਗਿਆ ਸੀ ਇਹਦਾ ਨਾ ਪੱਟਿਆ ਜਾਵੇ ਮੇਰੇ ਪੁੱਤ ਦਾ, ਇਹ ਰੱਖੀ ਕੰਮ ਦਾ ਕੀ ਆ, ਲੈ ਮੈਂ ਹੁਣੇ ਪੁੱਛ ਕੇ ਆਉਣਾਗਾ। ਮਾਂ ਸਤਿ ਸ਼੍ਰੀ ਅਕਾਲ, ਹਾਂ ਕਿਵੇਂ ਆ, ਮਾੜਾ ਪਤਾ ਲੈਣ ਆਇਆ ਸੀ ਤੇਰਾ। ਚੱਕ ਤੇ ਉਹ ਠੀਕ ਆ, ਚਾਹ ਬਣਾਵਾਂ? ਨਾ ਨਾ ਚਾਹ ਤਾਂ ਬਸ, ਤੇ ਜਾਇਆ ਸੀ ਸੱਚ ਕੰਮੋ ਕੋਲ? ਜਾਇਆ ਸੀਗੀ, ਕਿਹਾ ਸੀਗੀ ਮੈਂ ਭਾਈ 12 ਪੜੀਆਂ ਤੇਰੀਆਂ ਇਵੇਂ ਜਾਣੀਆਂ ਤੇ ਤੂੰ ਗਾਹਾਂ ਪੜ, ਕਹਿੰਦੀ ਇੰਨੀ ਕਮਾਈ ਨਹੀਂ ਹੈਗੀ ਇਹਦੀ, ਮੈਂ ਕੀ ਕਰਾਂ, ਸਾਰਾ ਤਾਂ 6,000 ਰੁਪਈਆ। ਉਹ ਨਾ 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 ਨਾ, ਕਮਾਂਗਾ ਕਮੂੰਗਾ ਤਾਂ ਬਾਅਦ 'ਚ ਹੀ ਹੁੰਦੀਆਂ, ਧਮਕੀ ਦੇ ਉਹਨੂੰ, ਉਹਨੂੰ ਕਹਿੰਦੇ ਵੀ ਨਹੀਂ ਤਾਂ ਤਲਾਕ ਦੇ ਦੇ, ਨਹੀਂ ਪੜ੍ਹਾ ਲਿਆ ਮੈਨੂੰ। ਮੈਂ ਕਹਿ ਕੇ ਆਈ ਆ ਉਹਨੂੰ, ਮੈਂ 1-2 ਦਿਨਾਂ ਤਾਈਂ ਫੇਰ ਗੇੜਾ ਵਾਂਗੂ, ਚੰਨੀ ਤਾਂ ਮਿਲਿਆ ਨਹੀਂ ਨਾ ਘਰੇ। ਅੱਛਾ, ਉਹ ਫੇਰ ਤਾਂ ਤੂੰ ਗਲਤੀ ਵਾਲੀ ਵੱਡੀ ਕਰਤੀ, ਚੰਨੀ ਨੂੰ ਕਹਿਣਾ ਸੀ ਵੀ ਭਾਈ ਪੜ੍ਹਾ ਮੇਰੀ ਧੀ ਨੂੰ। ਆ ਫਿਰ ਮੈਂ ਕਹਿ ਆਈ ਆ, ਮੈਂ ਤਾਂ ਜਵਾਨ ਪਗਾਤੀ, ਤੁਸੀਂ ਵੀ ਤਾਂ ਭਾਈ ਸੋਚੋ ਕੁਛ, ਧੀ ਦੀ ਜ਼ਿੰਦਗੀ ਖਰਾਬ ਹੋ ਜੂ ਮੇਰੀ ਦੀ। ਮੈਂ ਕਿਹਾ ਤੂੰ ਉਹਨੂੰ ਕਹਿ ਤੇ ਇਹਦੇ ਨੇ, ਮੈਂ 1-2 ਦਿਨਾਂ ਨੂੰ ਗੇੜਾ ਮਾਰੂੰਗੀ, ਮੈਂ ਕਿਹਾ ਤੇ ਜਾਂ ਮੈਨੂੰ ਫੋਨ ਤੇ ਦੱਸੀ, ਕੋਈ ਨਹੀਂ ਮੈਂ ਕਰ ਲੂੰ ਗੱਲ। ਤੇ ਕਹਿੰਦੀ ਉਹ ਕਿੱਥੋਂ ਪੜ੍ਹਾ ਦੂਗਾ, ਕਮਾਈ ਨਹੀਂ ਬਾਤ ਹੈ। ਮੈਂ ਮੈਂ ਵੀ ਸਵੇਤਾ ਲਵਾਉਂਗੀ, ਹੈਂ ਮੈਂ 2 ਘਰ ਸਾਂਭੀ ਬੈਠੀ ਹਾਂ, ਬਾਕੀ ਮੇਰੀ ਪੈਨਸ਼ਨ ਆਉਂਦੀ ਹੈ, ਮੈਂ ਕਿਹਦੇ ਵਾਸਤੇ ਕੀ ਕਰਨੇ, ਮੈਂ ਹੋਰ ਤੇਰੇ 'ਤੇ ਲਾ ਦੂੰਗੀ, ਤੂੰ ਅੱਗੇ ਕਰ ਆਪਦਾ ਕੰਮ,
ਸਹੀ ਗੱਲ ਪੜਾਈ ਕਰ ਕਿਸੇ ਪੈਰਾਂ ਤੇ ਖੜੀ ਹੋ ਗਈ ਤੇਰੀ ਗਰੀਬੀ ਚੱਕੀ ਜਾਊਗੀ ਸਹੀ ਗੱਲ ਆ ਸਹੀ ਗੱਲ ਆ ਕਹਿ ਕੇ ਆਈ ਆ ਮੈਂ ਉਹਨੂੰ ਚੱਲ ਕੋਈ ਨਾ ਚੱਲ ਮੈਂ ਨਾ ਫੇਰ ਆਊਂਗਾ ਤੂੰ ਜਾ ਕੇ ਗੇੜਾ ਗੁੜਾ ਮਾਰ ਲਈ ਫੋਨ ਲਾ ਕੇ ਪੁੱਛ ਵੀ ਕੀ ਕਹਿੰਦੇ ਆ ਹਾਂ ਉਹਨੂੰ ਤੂੰ ਕਹਿ ਵੀ ਭਾਈ ਮੈਂ ਵੀ ਤੈਨੂੰ ਸਹਾਰਾ ਦੇਵਾਂਗੀ ਨਹੀਂ ਕਹ ਚੁੱਪ ਕਰਕੇ ਤਲਾਕ ਦੇ ਦੇ ਬਸ ਹਾਂ ਫਿਰ ਐਂ ਕਹੂੰਗੀ ਹੋਰ ਕੀ ਆ ਜਦੋਂ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਇੰਨੀ ਇੰਟੈਲੀਜੈਂਟ ਕੁੜੀ ਸੀਗੀ ਫੋਨ ਤੇ ਕਹਾਂਗੇ ਜਾ ਕੇ ਆਵਾਂ ਤੂੰ ਜਾ ਹੀ ਆਈ ਜਾਂ ਫੋਨ ਤੇ ਗੱਲ ਕਰ ਲਈ ਚੱਲ ਠੀਕ ਆ ਤਾਈ ਮੈਂ ਚੱਲਦਾ ਚੰਗਾ ਬੱਚਾ ਐਸੀ ਬੱਤਾ ਹਾਂਜੀ ਬਾਪੂ ਚੱਲ ਰਿਹਾ ਮੜਾ ਜਾ ਹਾਂਜੀ ਦਾ ਪੁੱਤਾ ਪੈਸੇ ਆ ਗਏ ਇਹ ਕਾਦੀ ਉਹ ਮੈਂ ਕੰਮ ਵਾਲੇ ਤੋਂ ਲਿਆ ਸੀਗਾ ਨਾ ਲੈ ਤੂੰ ਪੜ੍ਹ ਲਾ ਆਪਦਾ ਲੈ ਹੁਣ ਸਮਾਰ ਕੇ ਪੜ੍ਹ ਲੈ ਕੋਈ ਨਹੀਂ ਜੇ ਤੂੰ ਪੜ੍ਹ ਨਹੀਂ ਕਰੇ ਅਸੀਂ ਤੈਨੂੰ ਪੜ੍ਹਾਵਾਂਗੇ ਕੋਈ ਗੱਲ ਨਹੀਂ ਪੁੱਤਾ ਖੁਸ਼ਾ ਪੁੱਤਾ ਹਾਂਜੀ ਲੈ ਪੁੱਤ ਹੁਣ ਆਪਦਾ ਮਾਨ ਲਾ ਕੇ ਪੜ੍ਹ ਲਿਆ ਕਰ ਕਿਉਂ ਜਿੰਨਾ ਕੁ ਮੇਰੇ ਸਾਰੇ ਮੈਂ ਤੈਨੂੰ ਪੜ੍ਹਾਊਂਗਾ ਚੱਲ ਕੋਈ ਗੱਲ ਨਹੀਂ ਠੀਕ ਹੈ ਕੰਮ ਮੈਨੂੰ ਹੋ ਕਰਨਾ ਪਿਆ ਹੋਰ ਵੀ ਕਰੂ ਪਰ ਮੈਂ ਤੇਰੀ ਪੜ੍ਹਾਈ ਪੂਰੀ ਕਰੂੰਗਾ ਠੀਕ ਹੈ ਠੀਕ ਹੈ ਇਹ 25,000 ਰੁਪਇਆ ਹੈਗਾ ਕੋਈ ਗੱਲ ਨਹੀਂ ਤੇ ਇਹਨੇ ਦੇਖ ਜਦੋਂ ਤੈਨੂੰ ਲੋੜ ਪਈ ਮੈਨੂੰ ਹੋਰ ਦੱਸ ਦੀ ਮੈਂ ਤੈਨੂੰ ਹੋਰ ਫੜ ਕੇ ਲਿਆ ਦੂੰ ਠੀਕ ਹੈ ਬਾਪੂ ਠੀਕ ਹੈ ਹਾਂ ਹੁਣ ਤੂੰ ਆਦਾ ਸ਼ਾਮ ਕੋ ਨਾ ਪੜ ਕੋਈ ਗੱਲ ਨਹੀਂ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਮੈਨੂੰ ਦੱਸ ਦਿਆ ਕਰੋ ਇਹ ਵੀ ਲੜਿਆ ਨਾ ਕਰੋ ਮਾੜੀ ਮਾੜੀ ਗੱਲ ਤੇ ਤੁਸੀਂ ਦੋਨੇ ਹੈ ਮੈਨੂੰ ਪਤਾ ਜਵਾਕਾਂ ਨੂੰ ਲੜਨ ਲੱਗ ਜਾਂਦੇ ਹੋ ਕੋਈ ਨਹੀਂ ਉਹ ਵੀ ਇਹੋ ਜਿਹਾ ਤੂੰ ਵੀ ਇਹੋ ਜਿਹੀ ਕੋਈ ਗੱਲ ਨਹੀਂ ਜੇ ਚੀਜ਼ ਨਹੀਂ ਲਿਆ ਕਹਿੰਦਾ ਮੈਨੂੰ ਦੱਸ ਦਿਆ ਕਰ ਮੈਂ ਲਿਆ ਦਿਆ ਕਰੂੰਗਾ ਠੀਕ ਹੈ ਠੀਕ ਹੈ ਅਗਰ ਆਣ ਮਿਲ ਕੇ ਰਿਹਾ ਕਰੋ ਠੀਕ ਹੈ ਹਾਂ ਚਲੋ ਪੁੱਤ ਕਰ ਲਓ ਕੰਮ ਕੋਈ ਨਹੀਂ ਤਾਂ ਚੰਨੀ ਵੀ ਮਾਪੋ ਲਗਾ ਦੱਸਣਾ ਤੈਨੂੰ ਹਾਂਜੀ ਤਾਂ ਚੰਨੀ ਵੀ ਆਊਗਾ ਨਾ ਥੋੜਾ ਲੇਟ ਆਊ ਅੱਜ ਉਹ ਓਵਰ ਟਾਈਮ ਕਰਨ ਲੱਗ ਗਿਆ ਸੀਗਾ ਠੀਕ ਹੈ ਹਾਂ ਮੈਂ ਦਿਮਾਗ ਚੋਂ ਗੱਲ ਲੰਘ ਗਈ ਉਹ ਵੀ ਆਊਗਾ ਬਸ ਉਹਨੂੰ ਵੀ ਐਂ ਚੱਲ ਦੋ ਪੈਸੇ ਵੱਧ ਬਣ ਜਾਣਗੇ ਚੱਲ ਦੋ ਘੰਟੇ ਵੱਧ ਲਾ ਜਾਵਾਂਗੇ ਹੁੰਦਾ ਹੀ ਆ ਉਹਨੂੰ ਵੀ ਐਂ ਚੱਲ ਘਰ ਦਾ ਕੁਛ ਬਣ ਜਾਊਗਾ ਚਲੋ ਕਹਿੰਦੇ ਨੇ ਮਿਹਨਤ ਤਾਂ ਇੱਕ ਦਿਨ ਫਲ ਮਿਲਦਾ ਹੀ ਆ ਚੱਲ ਸੋਚਦਾ ਤਾਂ ਚੰਗਾ ਹੀ ਹੈ ਕੰਮੋਂ ਅੱਜ ਫੇਰ ਲੜੂ ਮੇਰੇ ਨਾਲ ਇਹ ਪੈਸੇ ਤਾਂ ਮਿਲੇ ਨਹੀਂ ਵੀ ਜਵਾਬ ਦਿੱਤਾ ਉਹਨਾਂ ਦੇ ਵੀ ਪਹਿਲਾਂ ਵਾਲੇ ਪੈਸੇ ਦੇ ਨਵੇਂ ਤੈਨੂੰ ਕਿੱਥੋਂ ਦੇ ਦਾਂ ਕਿਵੇਂ ਕਰਾਂ ਯਾਰ ਮੈਂ ਮੇਰੀ ਜ਼ਿੰਦਗੀ ਤਾਂ ਤਬਾਹ ਹੋਈ ਪਈ ਹੈ ਯਾਰ ਕੰਮੋਂ ਦਾ ਇੱਕ ਸ਼ੌਂਕ ਵੀ ਨਹੀਂ ਪੂਰਾ ਕਰ ਸਕਦਾ ਮੈਂ ਤੁਸੀਂ ਕਿਵੇਂ ਅੰਦਰ ਜਾ ਕੇ ਬੈਠ ਗਏ ਮੈਂ ਰਸੋਈ ਚੋਂ ਆਵਾਜ਼ਾਂ ਮਾਰੀਆਂ ਨਹੀਂ ਹੈਗੀ ਕੰਮੋਂ ਤੇ ਨਵਾਂ ਗੱਲ ਕਰਨੀ ਆ ਕੀ ਗੱਲ ਕਰਨੀ ਦੱਸੋ ਬਾਬੂ ਨੇ ਪੈਸੇ ਨਹੀਂ ਦਿੱਤੇ ਓਹੋ ਫਿਰ ਕੀ ਹੋਇਆ ਪੈਸੇ ਨਹੀਂ ਦਿੱਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਕਿਵੇਂ ਬਾਪੂ ਲਿਆਇਆ 25,000 ਰੁਪਇਆ ਉਹ ਗਿਆ ਅੱਜ ਪਹਿਲੇ ਦਿਨ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਉਹਨਾਂ ਨੇ ਪੈਸੇ ਲਿਆ ਕੇ ਫੜਾਤੀ ਤੇ ਨਾਲੇ ਮੇਰੀ ਗੱਲ ਸੁਣੋ ਕੱਲ ਨੂੰ ਤੁਸੀਂ ਜਾਇਓ ਨਾ ਕੰਮ ਤੇ ਕੱਲ ਨੂੰ ਆਪਾਂ ਐਡਮਿਸ਼ਨ ਕਰਵਾ ਕੇ ਆਉਣੀ ਹੈਗੀ ਐਡਮਿਸ਼ਨ ਚੱਲ ਆਵਾਂਗੇ ਘੰਟਾ ਦਾ ਟਾਈਮ ਕੱਢ ਲੂੰਗਾ ਬਾਬੂ ਘੰਟਾ ਨਹੀਂ ਸਵੇਰੇ ਜਾਣਾ ਗਾ ਚੱਲ ਐਂ ਕਰਦਾ ਬਾਬੂ ਨੂੰ ਫਿਰ ਜਵਾਬ ਦੇ ਦਿੰਦਾ ਮੈਂ ਹਾਂ ਆਪਾਂ ਦੋਨੇ ਜਾਣੇ ਜਾਵਾਂਗੇ ਸਵੇਰੇ ਐਡਮਿਸ਼ਨ ਕਰਵਾ ਆਵਾਂਗੇ ਠੀਕ ਹੈ ਤੇ ਤੁਸੀਂ ਉਹਨੂੰ ਰੋਟੀ ਖਾਓਗੇ ਕਿ ਚਾਹ ਬਣਾਵਾਂ ਪਹਿਲਾਂ ਐਂ ਕਰ ਬਾਪੂ ਨੂੰ ਲੈ ਜੀ ਨਾਲ ਮੈਂ ਬਾਪੂ ਨੂੰ ਕੀ ਕਰੂੰਗੀ ਚੱਲ ਦੇਖਦੇ ਹਾਂ ਮੈਂ ਬਾਪੂ ਨੂੰ ਵੀ ਪੁੱਛ ਲੂੰਗੀ ਤੇ ਪਾਣੀ ਪਾਇਆ ਪਿਆ ਪਹਿਲਾਂ ਨਹਾ ਲਓ ਤੁਸੀਂ ਚੱਲ ਨਹਾਉਣਾ ਠੀਕ ਹੈ ਹਾਂ ਤੇ ਨੜੇ ਸੌਰੀ ਮੈਂ ਸਵੇਰੇ ਬਾਲਾ ਭੁੱਲ ਗਈ ਸੀ ਉਹ ਚੱਲ ਕੋਈ ਗੱਲ ਨਹੀਂ ਉਹ ਤੇਰਾ ਹੱਕ ਬਣਦਾ ਕੀ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਪਤਾ ਨਾਲ ਦੀਆਂ ਕੁੜੀਆਂ ਪੜੀ ਜਾਂਦੀਆਂ ਬਸ ਮੈਨੂੰ ਵੀ ਇਹ ਆ ਚੱਲ ਜੇ ਪੜੂੰਗੀ ਮੈਂ ਤੁਹਾਡੇ ਨਾਲ ਹੈਲਪ ਕਰਾ ਸਕਦੀ ਹਾਂ ਹਨਾ ਮੈਂ ਵੀ ਕੋਈ ਜੋਬ ਜੂਬ ਕਰ ਲੂੰ ਸਹਾਰਾ ਲੱਗ ਜੂਗਾ ਤੁਹਾਨੂੰ ਕਿੰਨਾ ਕੁ ਟਾਈਮ ਆਏ ਬੈਠ ਹੱਥਾਂ ਤੇ ਹੱਥ ਧਰ ਕੇ ਬੈਠੀ ਰਹੂੰਗੀ ਘਰੇ ਕੰਮ ਤਾਂ ਕਰਨਾ ਹੀ ਪੈਣਾ ਗਾ ਉਹ ਠੀਕ ਹੈ ਬਾਪੂ ਨੇ ਅੱਜ ਕਹਿ ਤਾ ਜੀ ਮੈਨੂੰ ਵੀ ਮੈਂ ਕੰਮ ਕਰਿਆ ਕਰੂੰ ਨਾਲ ਕਿਹੜੇ ਸਾਰਾ ਫਿਰ ਬਾਪੂ ਨੂੰ ਵੀ ਨਹੀਂ ਕੰਮ ਕਰਨ ਦੀ ਲੋੜ ਹੈਗੀ ਗੀ ਫਿਰ ਬਾਪੂ ਵਿਹਲਾ ਬੈਠਾ ਰਹੂਗਾ ਘਰੇ ਆਪਾਂ ਤਾਂ ਨਿਆਣੇ ਕੰਮ ਕਰਾਂਗੇ ਚੱਲ ਠੀਕ ਹੈ ਤੇ ਹੁਣ ਉਹਦਾ ਨੌਕਰੀ ਮਿਲੂ ਨਾ ਫੇਰ ਹੀ ਪਤਾ ਲੱਗੂਗਾ ਪੜ੍ਹਾਈ ਕਰ ਅੱਜ ਕਰੀ ਜਾਂਦੇ ਆ ਪੜ੍ਹਾਈਆਂ ਓਹੋ ਜੇ ਸਰਕਾਰੀ ਜੋਬ ਨਹੀਂ ਮਿਲੂ ਕਿਤੇ ਨਾ ਕਿਤੇ ਪ੍ਰਾਈਵੇਟ ਦਾ 15,000-18,000 ਵਾਲੀ ਮਿਲ ਹੀ ਜਾਣੀ ਹੈ ਜੀ ਕਿਧਰੇ ਨਹੀਂ ਗਿਆ ਨਾਲੇ ਹੁਣ ਤੁਹਾਨੂੰ 6,000 ਰੁਪਏ ਮਿਲਦਾ ਇਹਦੇ ਨਾਲ ਘਰ ਦਾ ਖਰਚਾ ਵੀ ਮਸਾਂ ਚੱਲਦਾ ਜੇ ਮੈਂ ਕਮਾਊਂਗੀ ਨਾਲ ਚੱਲ ਦੁੱਗਣਾ ਉਹ ਹੋਜੂ ਘਰ ਬਾਰ ਬਣਾ ਲਾਂਗੇ ਵਧੀਆ ਆਪਾਂ
ਤਲਾਕ ਤੇਰੀ ਸੋਚ ਵਧੀਆ ਚਾ ਪੜ ਲੈ ਪਰ ਪੜ ਤਾਂ ਸੀ ਅੱਗੇ ਕੋਠੀਆਂ ਕਰਾਂਗੇ ਅੱਗੇ ਸੋਚਾਂਗੇ ਆਪਾਂ ਓਹੋ ਸੁਪਨੇ ਤਾਂ ਦੇਖ ਜੇ ਦੇਖਾਂਗੇ ਫੇਰ ਹੀ ਪੂਰੇ ਹੋਣਗੇ ਉਹ ਗਰੀਬ ਬੰਦੇ ਜੇ ਹੁਣ ਸੋਚ ਬਸ ਇੰਨੇ ਹੀ ਸੋਚ ਲਿਆ ਪਕਾ ਲੀਆਂ ਖਾ ਲੀਆਂ ਗਰੀਬਾਂ ਦੇ ਕਰਮਾਂ ਚ ਨਹੀਂ ਲਿਖੇ ਹੁੰਦੇ ਕੋਠੀਆਂ ਕਰਾਂ ਲੈ ਕਿਉਂ ਨਹੀਂ ਲਿਖੀਆਂ ਹੁੰਦੀਆਂ ਆ ਮੇਰੀ ਸਹੇਲੀ ਸੀਗੀ ਰਮਨ ਪਤਾ ਕਨੇਡਾ ਚਲ ਗਈ ਜਮਾਂ ਗਰੀਬ ਘਰ ਦੀ ਕੁੜੀ ਹੈਗੀ ਮੇਰੇ ਨਾਲ ਹੀ ਪੜ੍ਹਦੀ ਸੀਗੀ ਉਹ ਕਨੇਡਾ ਜਾਣ ਵਾਸਤੇ 20 ਲੱਖ ਚਾਹੀਦਾ ਪਹਿਲਾਂ ਲੈ ਉਹ ਤਾਂ ਚੱਲ ਉਹ ਵੀ ਤਾਂ ਗਰੀਬ ਘਰ ਦੀ ਸੀ ਪਰ ਉਹ ਮੁੰਡੇ ਵਾਲਿਆਂ ਨੇ ਹੈਲਪ ਕਰਤੀ ਉਹਨਾਂ ਦੀ ਜਿਹਦੇ ਨਾਲ ਵਿਆਹ ਹੋਇਆ ਗਾ ਮੁੰਡੇ ਦਾ ਹੁਣ ਮੈਂ ਤੇਰੀ ਹੈਲਪ ਨਹੀਂ ਕਰ ਸਕਦਾ ਨਾ 20 ਲੱਖ ਦੀ ਨਾ ਮੈਂ ਕਿਹੜਾ ਤੈਨੂੰ ਕਹਿੰਦੀ ਹੈਗੀ ਵੀ ਤੂੰ ਮੈਨੂੰ ਕਨੇਡਾ ਭੇਜ ਜਾਂ ਕਿਤੇ ਹੋਰ ਭੇਜ ਮੈਂ ਤਾਂ ਇਹ ਕਹਿੰਦੀ ਵੀ ਇੱਥੇ ਮੈਨੂੰ ਪੜ੍ਹਾ ਲਾ ਠੀਕ ਹੈ ਇੱਥੇ ਮੈਂ ਕੰਮ ਕਰ ਲੂੰਗੀ ਕੋਈ ਕਿਉਂਕਿ ਨਾਲੇ ਮੈਨੂੰ ਵੀ ਇਹ ਹੋ ਜੂ ਵੀ ਮੇਰਾ ਸ਼ੌਂਕ ਸੀ ਮੈਂ ਪੜ੍ਹਾਂ ਅੱਗੇ ਮੇਰਾ ਸ਼ੌਂਕ ਵੀ ਪੂਰਾ ਹੋ ਜੂ ਨਾਲ ਨਾਲ ਮੈਂ ਕੰਮ ਕਰ ਲੂੰਗੀ ਚੱਲ ਤੂੰ ਸ਼ੌਂਕ ਤੇ ਪੂਰਾ ਕਰ ਚਲੋ ਨਾ ਆਓ ਤੁਸੀਂ ਵੀ ਜਾਵਾਂ ਟਾਈਮ ਜਾ ਹੋ ਹੀ ਪਿਆ ਬਾਪੂ ਹਾਂ ਪੁੱਤ ਮੈਨੂੰ ਐਂ ਦੱਸ ਤੇ 25,000 ਕਿਤੋਂ ਫੜ ਕੇ ਲਿਆਂਦਾ ਹੁਣ ਉਹ ਪੁੱਤ ਇਹ ਨਾ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਸੀ ਕਿਤੇ 50 ਜਮ੍ਹਾਂ ਕਰਾ ਤੇ ਕਿਤੇ 100 ਜਮ੍ਹਾਂ ਕਰਾ ਤੇ ਮੈਂ ਕਿਸੇ ਕੋਲ ਜਮ੍ਹਾਂ ਕਰਾ ਦਿੰਦਾ ਸੀਗਾ ਸਮਝੇ ਗੱਲ ਹਾਂ ਉਹ ਥੋੜ੍ਹੇ ਥੋੜ੍ਹੇ ਨਾਲ ਨਾ ਉੱਥੇ ਮੇਰਾ 40,000 ਰੁਪਏ ਜਮ੍ਹਾਂ ਹੋ ਗਿਆ ਸੀਗਾ ਉਹਨਾਂ 'ਚੋਂ ਮੈਂ 25,000 ਲਿਆ ਕੁੜੀ ਵਾਸਤੇ ਚਲਾ ਤਾਂ ਵਧੀਆ ਕੀਤੇ ਤੂੰ ਬੱਚਤ ਕੀਤੀ ਤੇ ਫਿਰ ਇੱਕ ਕੰਮ ਹੋਰ ਕਰਦੇ ਸਵੇਰੇ ਨਾਲ ਵਗ ਜੀ ਕੰਮੋਂ ਦੇ ਐਡਮਿਸ਼ਨ ਕਰਾ ਕੇ ਆਉਣੀ ਆ ਦੇਖ ਪੁੱਤ ਮੈਂ ਤਾਂ ਜਾਊਂਗਾ ਕੰਮ ਤੇ ਕੰਮ ਪੁੱਛ ਕੇ ਆਏਗਾ ਮੈਂ ਦੋ ਜੇ ਹੁਣ ਮੈਂ ਕੰਮ ਕਰੂੰ ਤੇ ਨਾ ਸਵੇਤਾ ਲਗਾਊਂਗਾ ਨਾਲ ਤਾਂ ਫਿਰ ਹੀ ਆਪਾਂ ਪੜ੍ਹਾ ਪਾਵਾਂਗੇ ਇਹਨੂੰ ਕੁੜੀ ਨੂੰ ਜੇ ਆਪਾਂ ਐਂ ਕਰੀਏ ਫਿਰ ਆਪਾਂ ਤੋਂ ਲੋਟ ਨਹੀਂ ਆਉਣਾ ਕੰਮ ਮੈਂ ਇਹਨੂੰ ਜਾਣ ਦੇ ਕੰਮ ਤੇ ਤੂੰ ਤੂੰ ਲੈ ਛੁੱਟੀ ਤੇਰੀ ਤਨਖਾਹ ਥੋੜ੍ਹੀ ਹੈ ਮੇਰੀ ਇੱਧਰ ਵੱਧ ਪਊਗੀ ਮੇਰਾ ਤਾਂ 500 ਰੁਪਏ ਮਰੂਗਾ ਤੇ ਤੇਰਾ ਹੁਣ 7,000-8,000 ਦੇ ਸਾਨੂੰ ਥੋੜ੍ਹੇ ਮੰਨਣਗੇ ਤੇ ਨਾਲੇ ਤੂੰ ਹੀ ਜਾਂਦਾ ਸੋਹਣਾ ਲੱਗਦਾ ਨਾਲ ਮੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਗਾ ਨਹੀਂ ਜਾਣ ਨੂੰ ਕੋਈ ਗੱਲ ਨਹੀਂ ਮੈਂ ਵੀ ਲੱਗ ਜਾਂਦਾ ਗੱਲ ਪੈਸਿਆਂ ਦੇ ਨਹੀਂ ਇਹਦੇ 'ਚ ਗੱਲ ਤਾਂ ਐਂ ਤੂੰ ਜਾਂਦਾ ਸੋਹਣਾ ਲੱਗਦਾ ਨਾਲ ਚੱਲ ਐਂ ਕਰੂੰ ਗੁਰੂ ਬਾਪੂ ਮੈਂ ਹੀ ਵਗ ਜੂ ਹਾਂ ਨਹੀਂ ਐਂ ਪੁੱਤ ਕੱਲ ਨੂੰ ਕਹੂਗੀ ਉਹਨੇ ਬਾਪੂ ਨੂੰ ਭੇਜਦਾ ਮੇਰਾ ਖਣੀ ਬੜਾ ਕੁਛ ਦੇਖਣਾ ਪੈਂਦਾ ਘਰੇ ਤੂੰ ਆਪ ਜਾ ਕੋਈ ਗੱਲ ਨਹੀਂ ਮੈਂ ਇੱਧਰ ਕੰਮ ਤੇ ਵਗ ਜੂ ਆਪਾਂ ਰਲ ਮਿਲ ਕੇ ਇਹਨੂੰ ਪੜ੍ਹਾ ਲਾਂਗੇ ਚੱਲ ਠੀਕ ਬਾਪੂ ਚੱਲ ਮੈਂ ਨਹਾਉਣਾ ਠੀਕ ਹੈ ਨਾਲ ਆ ਕੋਈ ਗੱਲ ਨਹੀਂ ਚਲੋ ਪੱਪੂ ਬਾਪੂ ਗੱਲ ਸੁਣ ਤੂੰ ਮੇਰੀ ਹੁਣ ਗੌਰ ਨਾਲ ਕੱਲ ਤੋਂ ਕੰਮ ਤੇ ਜਾਣਾ ਬੰਦ ਬੰਦ ਕਿਵੇਂ ਪਤਾ ਕੰਮੋਂ ਲੱਗ ਗਈ ਨੌਕਰੀ ਤੇ ਮਿਲ ਗਈ ਨੌਕਰੀ ਹਾਂ ਚਲ ਚੰਗੀ ਗੱਲ ਆ ਭਰਾਵਾ ਤੇ ਆਪਾਂ ਨੂੰ ਚੱਕੀ ਜਾਣੀ ਹੁਣ ਗਰੀਬੀ ਉਹ ਤਾਂ ਠੀਕ ਆ ਪਤਾ ਹਾਂ ਆਪਾਂ ਹੁਣ ਘਰ ਵੀ ਲੈਣਾਂਗੇ ਆਪਦਾ ਚਲੋ ਉਹ ਤਾਂ ਟਾਈਮ ਦੀ ਗੱਲ ਹੁੰਦੀ ਪੁੱਤਾਂ ਜਿਹੜਾ ਟਾਈਮ ਆਊਗਾ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ ਬੰਦੇ ਨੂੰ ਚੱਲ ਜੇ ਚੰਗਾ ਆ ਗਿਆ ਘਰ ਵੀ ਲੈਤਾ ਜਾਊਗਾ ਤੇ ਬਾਪੂ ਐਂ ਮੈਂ ਅੱਜ ਸਹੁਰੀ ਜਾ ਕੇ ਆਉਣਾ ਸਹੁਰੀ ਜਾ ਕੇ ਸਹੁਰੀ ਤਾਂ ਜਾਇਆ ਕੋਈ ਗੱਲ ਨਹੀਂ ਤੇ ਆ ਪਰਨਾ ਜਾ ਕਮਾਂ ਨਹੀਂ ਬੈਠਾ ਉਹ ਬਾਪੂ ਮੋਟਰਸਾਈਕਲ ਤੇ ਮੱਛਰ ਜਾ ਬੜਾ ਪੈਂਦਾ ਜੀ ਤਾਂ ਕਰਕੇ ਮੈਂ ਚਲਾਂ ਇਨਕਾ ਨਾ ਲਾਂਗੇ ਮੈਂ ਕਿਹੜਾ ਹੁਣ ਵਿਆਹ ਕਰਾਉਣਾ ਹੁਣ ਤੈਨੂੰ ਪਤਾ ਉਹ ਦੇਸੀ ਜਿਹਾ ਬਣ ਗਿਆ ਹੋਰ ਤਾਂ ਕੁਛ ਨਹੀਂ ਤਾਂ ਕੋਈ ਗੱਲ ਨਹੀਂ ਬਾਪੂ ਹੈ ਹੀ ਦੇਸੀ ਉਹ ਤਾਂ ਠੀਕ ਹੈ ਤੇ ਕੰਮੋ ਆ ਬੈਗ ਮੈਂ ਤਾਂ 2-3 ਦਿਨ ਰਹਿ ਕੇ ਆਉਣਾ ਗਾ ਪਿੰਡ ਮੈਂ ਤਾਂ ਚੁੱਕਿਆ ਗਾ ਤੂੰ ਮੈਨੂੰ ਦੱਸਿਆ ਤਾਂ ਹੈ ਨਹੀਂ ਵੀ ਮੈਂ ਦੱਸਣ ਦਾ ਚ ਕੀ ਆ ਹੁਣ ਪਿੰਡ ਵੀ ਨਹੀਂ ਜਾ ਸਕਦੀ ਮੈਂ ਨਾਲ ਕਿ ਮੁੜ ਕੇ ਆਉਂਗੀ ਮੈਂ ਮੁੜ ਕੇ ਨਹੀਂ ਆਉਂਦੀ ਹੈਗੀ ਕੀ ਬੇਸ਼ੱਕ ਤੁਸੀਂ ਵੀ ਹੁਣ ਮੈਨੂੰ ਇੱਥੇ ਬੱਸ ਚੜਾ ਦਿਓ ਚਲ ਮੈਂ ਵੀ ਮਿਲ ਆਉਂਗਾ ਮਾਂ ਨੂੰ ਬਹੁਤ ਟਾਈਮ ਹੋ ਗਿਆ ਗਏ ਨੂੰ ਚੰਗਾ ਬਾਪੂ ਫਿਰ ਜਾਂਦੇ ਹਾਂ ਅਸੀਂ ਜਾਏ ਜਾਏ ਕੋਈ ਚੰਗਾ ਚੰਗਾ ਬਾਪੂ ਚੱਲ ਚੰਗਾ ਨੌਕਰੀ ਤਾਂ ਕਹਿੰਦੇ ਮਿਲ ਗਈ ਭਾਵੇਂ ਆਪਦੇ ਕਰਕੇ ਖਾਈ ਜਾਣਾ ਆਪਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਚਲ ਆਪਾਂ ਜਿਹੜਾ ਕਰਨਾ ਕਰੀ ਜਾਵਾਂਗੇ ਹੌਲੀ ਹੌਲੀ ਘੱਟ ਕਰ ਲਾਂਗੇ ਚੱਲ ਚਲ ਇਹਨੂੰ ਕਿਹੜਾ ਪੜ੍ਹਾਉਣ ਦਾ ਜੀ ਪੜ੍ਹਾ ਲਿਖਾਤਾ ਅੱਗੇ ਇਹਨਾਂ ਦੀ ਕਿਸਮਤ ਆ ਭਾਈ ਜਿਹੜਾ ਮੇਰਾ ਫਰਜ਼ ਸੀ ਮਾਇਆ ਤਾਂ ਪੂਰਾ ਕਰਤਾ ਅੱਗੇ ਇਹਦੀ ਮਰਜ਼ੀ ਜੇ ਪਰਮਾਤਮਾ ਦੀ ਠੀਕ ਹੈ ਹਾਲ ਚਾਲ ਵੀ ਪੁੱਛਾਂ ਦਾ ਤੈਨੂੰ ਕੀ ਹੋਇਆ ਕੰਮ ਤੇ ਤੂੰ ਕਿਵੇਂ ਦੇਸੀ ਜਿਹਾ ਬਣ ਕੇ ਆ ਗਿਆ ਤੇ ਮੇਰੀ ਧੀ ਦੇਖ ਬੇਬੇ ਹੈ ਹੀ ਦੇਸੀ ਮੈਂ
ਚੱਜ ਦੇ ਲੀੜੇ ਤਾਂ ਪਾ ਲਿਆ ਕਰ ਹੁਣ ਬੇਬੇ ਨਵੇਂ ਤਾਂ ਸਮਾਏ ਆ ਦੇਖ ਕੀ ਅੰਤਾ ਤੇ ਆਹ ਸਿਰ ਤੇ ਕੀ ਬੰਨਿਆਗਾ ਉਹ ਤਾਂ ਮੈਂ ਬੰਨ ਲਿਆ ਸੀ ਮੱਛਰ ਜਿਹਾ ਵਾਲਾ ਸੀ ਨਾਲ ਗਰਮੀ ਸੀ ਮੈਂ ਕਿ ਤਾਂ ਗਰਮੀ ਸੀ ਮੱਛਰ ਸੀ ਇਹ ਤਾਂ ਮੰਮੀ ਮੇਰੇ ਨਾ ਜਦੋਂ ਮੈਨੂੰ ਛੱਡਣ ਜਾਂਦੇ ਹੁੰਦੇ ਸੀ ਉੱਥੇ ਮੇਰੀ ਬੜੀ ਬੇਇੱਜ਼ਤੀ ਕਰਾਉਂਦੇ ਸੀਗੇ ਤੇ ਹੋਰ ਕੀ ਹੈ ਫਿਰ ਹੁਣ ਅੱਜ ਤਾਂ ਦੇਖ ਲੈਂਦੇ ਵੀ ਉਹ ਨੌਕਰੀ ਵਾਲੀ ਹੋ ਗਈ ਤੇ ਕਹੇ ਦੇ ਕੱਪੜੇ ਲੀੜੇ ਬਣਾ ਕੇ ਪਾ ਕੇ ਆਇਆ ਤੂੰ ਨੌਕਰੀ ਲਾ ਕੇ ਫਿਰ ਮੈਂ ਕਿਹੜਾ ਰੋਕਿਆ ਨੂੰ ਤੇ ਲੱਗ ਜੇ ਨੌਕਰੀ ਮੇਰੇ ਕਰਕੇ ਤਾਂ ਲੱਗੀ ਆ ਲੱਗੀ ਤਾਂ ਹੈ ਤੂੰ ਆਪ ਦਾ ਹੁਰੀਆ ਤਾਂ ਮਾੜਾ ਮੋਟਾ ਲੋਟ ਕਰ ਲੈਂਦਾ ਆਪ ਪਰਨਾ ਲੈ ਦੇਖ ਕਿਵੇਂ ਬੰਨ ਕੇ ਆਏਗਾ ਜਿਵੇਂ ਸੀਰੀ ਲੱਗਿਆ ਹੁੰਦਾ ਕਿਤੇ ਬੇਬੇ ਹੁਣ ਤੂੰ ਮੇਰੀ ਬੇਇੱਜ਼ਤੀ ਕਰੀ ਜਾਂਦੀ ਆ ਤੇਰੀ ਬੇਇੱਜ਼ਤੀ ਥੋੜੋ ਕਰਦੇ ਆਗੇ ਕਹਿ ਰਹੇ ਆ ਵੀ ਰਹਿਣਾ ਸਹਿਣਾ ਤਾਂ ਸਿੱਖ ਲਓ ਉਹੀ ਤਾਂ ਉਹ ਅਨਪੜ੍ਹ ਵਾਲੀ ਗੱਲ ਬਸ ਬੇਬੇ ਮੈਂ ਹੀ ਅਨਪੜ੍ਹ ਹੁਣ ਚੱਲ ਚੰਗਾ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਤੁਹਾਨੂੰ ਪਾਣੀ ਨੂੰ ਕੀ ਆ ਜਾਣਾ ਹੀ ਹੈਗਾ ਨੇ ਤਾਂ ਮੈਂ ਰਹੂੰਗਾ ਓਹੋ ਰਹਿ ਕੇ ਕੀ ਕਰਨਾ ਦੱਸ ਮੈਨੂੰ ਰਹਿ ਕੇ ਕੀ ਕਰੇਗਾ ਮੈਂ ਕੱਲ ਨੂੰ ਜਾਊਂਗਾ ਮਿਲ ਲੈ ਬੇਬੇ ਨੂੰ ਹੁਣ ਚੱਲ ਜਾ ਤੂੰ ਚੱਲ ਚਾਹ ਬਣਾ ਦਿੰਦੀ ਹਾਂ ਉਹ ਬੇਬੇ ਚਾਹ ਨੂੰ ਕੀ ਹੈਗਾ ਆਪੀ ਪੀਰੂ ਪਿੰਡ ਜਾ ਕੇ ਕੰਮੋ ਇਹ ਤੇਰੇ ਮੂੰਹ ਕੋਈ ਸੁਣੀ ਜਾਂਦਾ ਤੂੰ ਨੌਕਰੀ ਲੱਗ ਗਈ ਤੇ ਬਦਲੇਗੀ ਅੱਛਾ ਮੈਂ ਬਦਲ ਗਈ ਤੂੰ ਉਹਦੇ ਨਾਲ ਉਹ ਨੌਕਰੀ ਵਾਲੇ ਤੂੰ ਨਹੀਂ ਚੱਲ ਉਹਦੇ ਨਾਲ ਰਹਿਣੀ ਸਹਿਣੀ ਤਾਂ ਕਰਨ ਸਿੱਖ ਲਾ ਵੀ ਆਉਣ ਜਾਣ ਚ ਕਹੇ ਜੇ ਕਿਵੇਂ ਜਾਈ ਆਈਦਾ ਬੇਬੇ ਕੋਈ ਨਾ ਸਿੱਖ ਲੂੰਗਾ ਸਿੱਖ ਲੂੰਗਾ ਉਹਦੀ ਬੇਇੱਜ਼ਤੀ ਹੁੰਦੀ ਆ ਬੇਬੇ ਬੇਇੱਜ਼ਤੀ ਵਾਲੀ ਕੀ ਗੱਲ ਆ ਮੈਂ ਕੋਈ ਡੰਗ ਮਾਰਤੀ ਇਹਦੀ ਚੱਲ ਜਾ ਬੜਾ ਹੁਣ ਨਾਲੇ ਮੈਂ ਨਹੀਂ ਆਉਂਦੀ ਗੀ ਹੁਣ ਉੱਥੇ ਮੇਰੀ ਖੁਸ਼ੀ ਚਾਹ ਕਰੀ ਵੀ ਕੰਮੋਂ ਆਊਗੀ ਵਾਪਸ ਦੁਬਾਰੇ ਕੀ ਕੰਮੋਂ ਲੈ ਮੈਂ ਨਹੀਂ ਆਉਂਦੀ ਮੈਂ ਕਹਿਤਾ ਵੀ ਅੱਜ ਤੋਂ ਬਾਅਦ ਮੈਂ ਤੇਰੇ ਪਿੰਡ ਨਹੀਂ ਆਉਂਦੀ ਤੇਰੇ ਘਰੇ ਨਹੀਂ ਆਉਂਦੀ ਮੈਂ ਇੱਥੇ ਹੀ ਰਹੂੰਗੀ ਆਪਦੀ ਮਾਂ ਕੋਲੇ ਸਮਝ ਲੱਗ ਗਈ ਕਿ ਹੋਰ ਕਹਾਂ ਦੋ ਵਾਰੀ ਮੈਂ ਤੇਰੇ ਘਰੇ ਨਹੀਂ ਆਉਂਦੀ ਤੂੰ ਜਾ ਸਕਦਾ ਗਾ ਦਰਵਾਜ਼ਾ ਖੁੱਲਾ ਪਿਆ ਜਾ ਇਹਨੂੰ ਕੀ ਕਹੀ ਜਾਂਦੀ ਹੈ ਮੈਂ ਕੀ ਸੁਣਿਆ ਮਾਂ ਸਹੀ ਤਾਂ ਕਹੀ ਜਾਂਦੀ ਹੈ ਫਿਰ ਹੋਰ ਕੀ ਹੈ ਤੇਰਾ ਮੇਰਾ ਮੇਲ ਨਹੀਂ ਹੈਗਾ ਜਾ ਸਕਦਾ ਰਹਿਣਾ ਤਾਂ ਉਹ ਨਹੀਂ ਹੈ ਤੇਰੇ ਨਾਲ ਜਦੋਂ ਉਹਦੇ ਨਹੀਂ ਤੂੰ ਫਿੱਟ ਮੈਂ ਕੀ ਕਰ ਸਕਦੀ ਹਾਂ ਚ ਜ਼ਿੰਦਗੀ ਤਾਂ ਤੁਸੀਂ ਗੁਜ਼ਾਰਨੀ ਜੀ ਦੋਨਾਂ ਨੇ ਬੇਬੇ ਜੇ ਨੌਕਰੀ ਲਵਾਤੀ ਮੇਰੀ ਕੀ ਗਲਤੀ ਹੈ ਇਹ ਚ ਮੈਂ ਦਿਨ ਰਾਤ ਕੀਤਾ ਓਵਰ ਟਾਈਮ ਮੈਂ ਲਾਇਆ ਮੇਰੇ ਬਾਪੂ ਨੇ ਮਿਹਨਤ ਕੀਤੀ ਇਹਨੂੰ ਪੜ੍ਹਾਇਆ ਇਹ ਸਾਰੇ ਸ਼ੌਂਕ ਪੂਰੇ ਕੀਤੇ ਮੈਂ ਆਹ ਗੱਲ ਸੁਣਨ ਵਾਸਤੇ ਸ਼ੌਂਕ ਪੂਰੇ ਕੀਤੇ ਇਹਦੇ ਮੈਂ ਤਾਂ ਭਾਈ ਕੁਛ ਨਹੀਂ ਕਹਿ ਸਕਦੀ ਆਪਦਾ ਆਪੇ ਗੱਲ ਕਰ ਤੂੰ ਤਾਂ ਮੇਰੇ ਲਾਇਕ ਹੀ ਨਹੀਂ ਸੀਗਾ ਪਹਿਲਾਂ ਹੀ ਜੇ ਤੇਰੇ ਲਾਇਕ ਨਹੀਂ ਸੀ ਮੈਨੂੰ ਤੇ ਮੈਂ ਨਾ ਵਿਆਹ ਕਿਉਂ ਕਰਾਇਆ ਤੂੰ ਵਿਆਹ ਕਿਉਂ ਕਰਾਇਆ ਇਹਨਾਂ ਨੇ ਕਰਤਾ ਨਾਲੇ ਤੇਰੇ ਨਾਲ ਰਹਿਣਾ ਮੇਰੀ ਇੱਕ ਮਜਬੂਰੀ ਸੀ ਮੇਰੀ ਗੱਲ ਸੁਣ ਮਜਬੂਰੀ ਸੀ ਮੈਂ ਤੈਨੂੰ ਉਹੀ ਕਹਿੰਦੀ ਹਾਂ ਮੇਰੀ ਗੱਲ ਸੁਣ ਨਾ ਹੁਣ ਤੂੰ ਰਹਿ ਲੇਂਗੀ ਮੇਰੇ ਬਿਨਾ ਫਿਰ ਉਹਦੇ ਨਾਲ ਵਿਆਹ ਕਰਵਾ ਕੇ ਫਿਰ ਰਹਿ ਤਾਂ ਨਹੀਂ ਸਕਦੀ ਗੀ ਹੁਣ ਮੈਂ ਕੀ ਕਰਾਂ ਬੇਬੇ ਕਹਿੰਦੀ ਹੈ ਕਿ ਤੇਰੇ ਬਾਪੂ ਦੀ ਜਵਾਨ ਦਿੱਤੀ ਹੋਈ ਹੈਗੀ ਮੁੰਡਾ ਬਿਲਕੁਲ ਹੀ ਅਨਪੜ੍ਹ ਹੈਗਾ ਯਾਰ ਅਨਪੜ੍ਹ ਆ ਮੇਰੇ ਵਾਲੇ ਰੱਤੀ ਭਰ ਵੀ ਨਹੀਂ ਸੋਚਿਆ ਤੂੰ ਹੋਰ ਲੈ ਰੱਤੀ ਭਰ ਵੀ ਨਹੀਂ ਸੋਚਿਆ ਹੁਣ ਮੈਂ ਕਰ ਕੀ ਸਕਦੀ ਹਾਂ ਮੈਂ ਮਜਬੂਰ ਹਾਂਗੀ ਕਾਹਦੀ ਮਜਬੂਰ ਹਾਂ ਯਾਰ ਬਸ ਜਦ ਵਿਚਾਲੀ ਛੱਡਣਾ ਇਹ ਲੈ ਗੁੱਸੇ ਕਿਉਂ ਹੋਈ ਜਾਂਦੇ ਹੋਗੇ ਕਹਿੰਦਾ ਤੁਸੀਂ ਦੱਸ ਦਿਓ ਫਿਰ ਮੈਂ ਕਿਸੇ ਖੂਹਾ ਤੇ ਛਾਲ ਮਾਰਦੀ ਹਾਂ ਮਰ ਜਾਂਦੀ ਹਾਂ ਮਰਨਾ ਕਿਉਂ ਨਾਲੇ ਫਿਰ ਉਹ ਵੀ ਸੌਖਾ ਤੁਸੀਂ ਵੀ ਸੌਖਾ ਗੱਲ ਸੁਣ ਮੇਰੀ ਕੀ ਗੱਲ ਸੁਣ ਮੈਂ ਤਾਂ ਪਲਾਨ ਦੱਸਦਾ ਹਾਂ ਵਿਆਹ ਤੂੰ ਉਹਦੇ ਨਾਲ ਕਰਵਾ ਲੈ ਇੱਕ ਵਾਰੀ ਠੀਕ ਆ ਵਿਆਹ ਕਰਵਾ ਕੇ ਠੀਕ ਆ ਆਹ ਕੰਮ ਕਰਨੇ ਆ ਬਾਕੀ ਗੇਮ ਸਾਰੀ ਮੇਰੇ ਤੇ ਛੱਡ ਦੇ ਮੈਂ ਜਾਣਾ ਮੇਰਾ ਕੰਮ ਜਾਣਾ ਤੇਰੀ ਮੰਮੀ ਕੋਲੇ ਮੈਂ ਨੈੱਟ ਗੇੜਾ ਰੱਖਿਆ ਕਰੂੰ ਠੀਕ ਆ ਨਾ ਠੀਕ ਆ ਬਸ ਹੁਣ ਤੁਸੀਂ ਕਿੱਧਰ ਚੱਲੇ ਹੋਰ ਕਿਤੇ ਨਹੀਂ ਤੇ ਮੇਰੀ ਗੱਲ ਸੁਣ ਲਓ ਕਿਤੇ ਮੁੜ ਕੇ ਤੁਸੀਂ ਵੀ ਨਾ ਬਦਲ ਜਿਓ ਉਹ ਨਹੀਂ ਬਦਲਦਾ ਯਾਰ ਕਿਉਂਕਿ ਹਰ ਕੰਮ ਲਈ ਕੋਈ ਸਮਾਂ ਤਾਂ ਚਾਹੀਦਾ ਹੀ ਹੁੰਦਾ ਸਮਾਂ ਵੀ ਲੱਗ ਸਕਦਾ 2 ਮਹੀਨਿਆਂ 'ਚ ਵੀ ਹੋ ਸਕਦਾ ਹਨਾ ਕੀ ਪਤਾ ਕਿੰਨਾ ਸਮਾਂ ਲੱਗ ਜੇ ਚੱਲ ਤੂੰ ਕੋਈ ਗੱਲ ਨਹੀਂ ਜਿਵੇਂ ਜਿਵੇਂ ਤੈਨੂੰ ਮੈਂ ਕਹੂੰਗਾ ਉਵੇਂ ਮੈਂ ਕਰੀ ਜਾਂ ਪਹਿ ਜ਼ਿੰਦਗੀ ਤਾਂ ਮੈਨੂੰ ਪਤਾ ਤੇਰੀ ਖਰਾਬ ਹੀ ਹੋਣੀ ਆ ਉਹਦੇ ਨਾਲ ਤੂੰ ਪੜ੍ਹੀ ਲਿਖੀ ਇੰਨੀ ਇੰਟੈਲੀਜੈਂਟ ਆ ਚੱਲ ਜਾ ਯਾਰ ਹੁਣ ਤੈਨੂੰ ਮੈਂ ਕੀ ਕਹਾਂ ਫਿਰ ਐਂ ਕਰ ਤੂੰ ਹੱਲ ਕਰ ਲੈ ਕੋਈ ਬਸ ਤੈਨੂੰ ਮੈਂ ਦੱਸਦਾ
ਬਾਪੂ ਕੇ ਨਾਲ ਵਿਆਹ ਕਰਵਾ ਦੇਣਾ। ਮੈਂ ਉਹ ਮੁੰਡੇ ਬਾਰੇ ਤਾਂ ਸਾਰਾ ਕੁਝ ਪਤਾ ਕਰ ਲਿਆ। ਅੱਛਾ ਚਲ ਆ ਗੱਲ ਸੀ ਠੀਕ ਹੈ ਨਾ, ਮੇਰੀ ਤਾਂ ਇੱਕ ਮਜਬੂਰੀ ਸੀ। ਪਰ ਮੈਨੂੰ ਕਿਉਂ ਧੋਖੇ 'ਚ ਰੱਖਿਆ? ਜਿਹੜਾ ਖੁਦ ਹੀ ਧੋਖਾ ਉਹਨੂੰ ਧੋਖੇ 'ਚ ਕੀ ਰੱਖਣਾ। ਮੈਂ ਤੇਰੇ ਖਾਤਰ ਕੀ ਨਹੀਂ ਕੀਤਾ ਕੰਮੋ, ਤੂੰ ਇਹ ਨਾ ਕਰ ਮੇਰੇ ਨਾਲ, ਮੇਰਾ ਬਾਪੂ ਮਰ ਜੂਗਾ ਜੇ ਆਹ ਗੱਲ ਸੁਣ ਕੇ ਨਾ ਵੀ ਤੂੰ ਆਉਂਦੀ ਨਹੀਂ। ਕੰਮੋ ਪਲੀਜ਼ ਸੋਚ ਮੇਰੇ ਬਾਰੇ, ਮੇਰੇ ਬਾਪੂ ਬਾਰੇ ਸੋਚ ਲੈ। ਕੋਈ ਨਹੀਂ ਕਿਸੇ ਕਰਕੇ ਮਰਦਾ ਹੁੰਦਾ ਠੀਕ ਹੈ ਨਾ, ਇਹ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਨਾ। ਤੂੰ ਮਰ ਜਾਏਗਾ ਆਪਦੇ ਬਾਪੂ ਨਾਲ, ਨਹੀਂ ਮਰਿਆ ਜਾਂਦਾ ਨਾ। ਕਿਉਂ ਨਹੀਂ ਮਰ ਸਕਦਾ? ਬਾਪੂ ਨਾਲ ਮਰ ਸਕਦਾ ਮੈਂ? ਮੇਰੀ ਜਾਨ ਆ ਬਾਪੂ ਮੇਰਾ, ਮੇਰੀ ਮਾਂ ਮੇਰੀ ਜਾਨ ਠੀਕ ਹੈ ਨਾ। ਤੂੰ ਆਪਦੀ ਜਾਨ ਕੋਲੇ ਰਹਿ, ਮੈਂ ਆਪਦੀ ਜਾਨ ਕੋਲੇ ਰਹਿੰਦੀ ਹਾਂ। ਬਹੁਤ ਔਖਾ ਕਹਿਣਾ ਸੌਖਾ। ਬੇਬੇ ਦੇਖ ਲਾ ਮੈਂ ਕਿੰਨੀ ਮਿਹਨਤ ਕੀਤੀ ਇਹਦੇ ਵਾਸਤੇ। ਓਹੋ ਚੱਲ ਜਾ ਜਾ, ਉਹ ਤਾਂ ਹੁਣ ਇਹਦੇ ਸਾਰੇ ਮੈਂ ਕੁਛ ਨਹੀਂ ਕਰ ਸਕਦੀ। ਮੈਂ ਚੁੱਪ ਕਰ, ਤੂੰ ਜਾ ਖੜਾ ਹੋ ਜਾ। ਕੰਮੋ ਪਲੀਜ਼ ਮੈਂ ਤੇਰੇ ਪੈਰੀ ਹੱਥ ਲਾਉਣਾ, ਇਹ ਨਾ ਕਹਿ ਕੇ ਯਾਰ ਤੂੰ। ਕੰਮੋ ਪਲੀਜ਼ ਸੋਚ। ਬੇਬੇ ਇਹਨੇ ਤਾਂ ਮੇਰਾ ਦਿਮਾਗ ਨਾ ਖਰਾਬ ਕਰ ਦਿੱਤਾ। ਬੇਬੇ ਮੈਂ ਤੇਰੇ ਹੱਥ ਪੈਰੀ ਹੱਥ ਲਾਉਣਾ। ਓਹੋ ਜੇ ਭਾਗ ਜਾ, ਹੋਰ ਕਿਹਨੇ ਕੀ ਬੇਇੱਜ਼ਤੀ ਕਰਾਉਣੀ ਹੈ ਜਵਾਬ ਦਾ। ਭਾਗ ਜਾ ਬੇਬੇ, ਮੈਂ ਨਹੀਂ ਜਾਂਦਾ, ਮੈਂ ਇੱਥੇ ਰਹੂੰਗਾ। ਹੁਣੋ ਕੰਮੋ ਜਾਂਦਾ ਨਹੀਂ ਇਹ। ਬਹੁਤ ਵਧੀਆ ਕੀਤਾ। ਲੈ ਮਾਂ ਮੈਂ ਤਾਂ ਹੋ ਗਈ ਟੈਨਸ਼ਨ ਫ੍ਰੀ। ਖੁਸ਼ ਆ ਨਾ ਹੁਣ? ਮੈਂ ਤਾਂ ਖੁਸ਼ ਆ। ਹੋਰ ਤੇ ਤਾਂ ਨਹੀਂ ਤੰਗ ਕਰੂਗਾ ਕਿਤੇ ਲੈ ਕੇ ਆਏ ਚਾਰ ਬੰਦਿਆਂ ਨੂੰ? ਐਂ ਕਿ ਮੈਂ ਲੈ ਕੇ ਆਜੂ, ਦਰਵਾਜ਼ਾ ਨਾ ਫਾਲਤੂ ਖੋਲਿਆ ਕਰੀ ਕਿਸੇ ਨੂੰ ਠੀਕ ਹੈ ਨਾ? ਠੀਕ ਹੈ, ਐਵੇਂ ਵੱਧ ਘੱਟ ਬੋਲਣ ਦੀ ਕਿਸੇ ਨਾਲ ਲੋੜ ਨਹੀਂ ਹੈਗੀ। ਜੇ ਆਇਆ ਸਿੱਧਾ ਇਹ ਕਹਿ ਦੇ ਭਾਈ ਕੁੜੀ ਤੇਰੇ ਨਾਲ ਨਹੀਂ ਜਾਂਦੀ ਠੀਕ ਹੈ ਨਾ? ਹਾਂ ਮੇਰੀ ਕੁੜੀ ਖੁਸ਼ ਨਹੀਂ ਹੈਗੀ, ਨਾਲੇ ਮੇਰਾ ਮੇਲ ਕੀ ਹੈਗਾ? ਹੁਣ ਤਾਂ ਕੋਈ ਮੇਲ ਨਹੀਂ ਹੈਗਾ ਫਿਰ, ਮੇਲ ਤਾਂ ਪਹਿਲਾਂ ਵੀ ਨਹੀਂ ਸੀਗਾ। ਪਹਿਲਾਂ ਕਿਹੜਾ ਸੀ? ਤਾਂ ਮੇਰੀਆਂ ਅੱਖਾਂ ਦੇ ਪੱਟੀ ਬੱਝੀ ਹੋਈ ਸੀਗੀ, ਤੂੰ ਵੀ ਚੱਕ ਕੇ ਕਰਤਾ। ਚੱਲ ਪੁੱਤ ਹੁਣ ਤੂੰ ਮੌਜ ਨਾਲ ਦੀ ਨੌਕਰੀ ਲੱਗ ਗਈ, ਮੌਜ ਕਰੀ ਹੋਰ ਇਕੱਠੀਆਂ ਰਿਹਾ ਕਰਾਂਗੇ। ਮੈਂ ਸਨੀ ਨੂੰ ਕਾਲ ਕਰਾਂ। ਚੱਕ ਲਾ ਫੋਨ, ਚੱਕਦੇ ਨਹੀਂ ਪਿਆ ਗਾ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਜੀ ਕਿਵੇਂ ਹੋ ਜਨਾਬ? ਠੀਕ ਹੈ ਵਧੀਆ, ਤੁਸੀਂ ਦੱਸੋ? ਯਾਦ ਹੀ ਨਹੀਂ ਕਰਦੇ। ਮੈਂ ਪਿੰਡ ਹੀ ਆਈ ਹੋਈ ਹਾਂ, ਨਾਲੇ ਮੈਨੂੰ ਜੌਬ ਮਿਲ ਗਈ ਪਤਾ? ਉਹ ਤਾਂ ਮੈਨੂੰ ਪਤਾ ਲੱਗ ਗਿਆ ਸੀਗਾ। ਅੱਛਾ ਲੱਗ ਗਿਆ ਸੀ ਪਤਾ, ਮਿਹਰਬਾਨੀ ਕਿਹਦੀ ਹੈ ਫਿਰ? ਉਹ ਤਾਂ ਪਤਾ ਹੀ ਆ, ਪਲਾਨ ਕੰਮ ਕਰ ਗਿਆ ਨਾ ਆਪਣਾ। ਹਾਂ ਕਰ ਗਿਆ ਕਰ ਗਿਆ ਕਰ ਗਿਆ। ਚੱਲ ਮੈਂ ਆਉਣਾ। ਚਲੋ ਆ ਜਾਓ ਫਿਰ, ਮੈਂ ਆਈ ਹੋਈ ਹਾਂ ਘਰ ਹੀ ਹਾਂ। ਓਕੇ ਮੰਮੀ, ਚਾਹ ਤਾਂ ਬਣਾ ਲਾ ਘੁੱਟ। ਹਾਂ ਬਣਾਉਣੀ ਹੈ ਪੁੱਤ, ਬਣਾਉਣੀ ਹੈ। ਹੋਰ ਤੂੰ ਚਾਹ ਬਣਾ ਜਾ ਕੇ। ਹਾਂ ਬਣਾ। ਬਾਪੂ ਉੱਜਲ ਗਏ ਆਪਾਂ, ਕੀ ਗੱਲ ਹੋ ਗਈ? ਬਾਪੂ ਧੋਖਾ ਹੋ ਗਿਆ ਆਪਾਂ ਨਾਲ, ਤੇ ਬਹੁਤ ਵੱਡਾ ਧੋਖਾ ਹੋ ਗਿਆ। ਮੈਨੂੰ ਵੀ ਨਹੀਂ ਧੋਖਾ ਦਿੱਤਾ, ਹੁਣ ਉੱਜਲ ਗਏ ਬਾਪੂ ਆਪਾਂ ਦੇ, ਧੋਖਾ ਹੋ ਗਿਆ ਬਾਪੂ। ਉਹ ਤੂੰ ਸਹੀ ਹੈ, ਤੈਨੂੰ ਕੁਛ ਹੋ ਤਾਂ ਨਹੀਂ ਗਿਆ? ਅਜੇ ਕਰੀ ਜਾਂਦਾ ਤੂੰ, ਮੈਨੂੰ ਤਾਂ ਗੱਲ ਨਹੀਂ ਸਮਝਣੀ ਉਹਦੀ। ਬਾਪੂ ਕੰਮੋ ਕਹਿੰਦੀ ਵੀ ਤੇਰੇ ਨਾਲ ਹੁਣ ਮੈਂ ਰਹਿੰਦੀ ਨਹੀਂ, ਵੀ ਤਲਾਕ ਲਊਂ। ਤਲਾਕ ਲਊਂ ਕਿਉਂ? ਬਾਪੂ ਦੇਖ ਲਾ ਉਹਦੇ ਵਾਸਤੇ ਮੈਂ ਇੰਨਾ ਕੁਛ ਕੀਤਾ। ਉਹ ਚੌੜ ਕਰਦੇ ਉੱਧਰ ਨਾ, ਤਲਾਕ ਮਿਲਦੇ ਨੂੰ ਪੜ੍ਹਾਇਆ ਤਾਂ ਹੈਗਾ, ਹੁਣ ਆਪਾਂ ਪੜ੍ਹਾ ਲਿਖਾ ਕੇ ਤਾਂ ਨੌਕਰੀ ਦਿਲਵਾਏਗਾ। ਬਾਪੂ ਧੱਕੇ ਮਾਰ ਮਾਰ ਕੱਢਿਆ ਮੈਨੂੰ ਘਰੋਂ। ਅੱਛਾ ਜੀ, ਮਾੜੀ ਮਾੜੀ ਹੋਈ ਬਾਪੂ ਮੇਰੇ ਨਾਲ ਤੇ। ਇਹ ਤੋਂ ਮਾੜੀ ਤਾਂ ਕੀ ਹੋਊ, ਮੈਂ ਚਾਈ ਚਾਈ ਗਿਆ ਸੀ। ਤਾਂ ਫਿਰ ਬਾਹ ਧੱਕਾ ਕਰਕੇ ਉਹ ਫਿਰ ਆਪਣਾ ਕੀ ਬਣੂਗਾ ਵੀ? ਬਾਪੂ ਮੈਨੂੰ ਦੱਸ ਜੇ ਆਪਾਂ ਨੇ ਗਰੀਬੀ ਚੁੱਕੀ ਜਾਓ, ਆਪਾਂ ਗਰੀਬ ਹੀ ਮਰਨਾ। ਉਹੀ ਗੱਲ ਆ ਨਾ, ਕਹਿੰਦੇ ਹੁੰਦੇ ਕਹਿੰਦੇ ਜਿਹੜਾ ਗਰੀਬ ਹੈ ਤਾਂ ਗਰੀਬ ਹੀ ਰਹਿ ਜਾਂਦਾ, ਜਿਹੜਾ ਅਮੀਰ ਆ ਅਮੀਰ ਬਣ ਜਾਂਦਾ, ਉਹਨੇ ਆਪਣਾ ਨਜਾਇਜ਼ ਫਾਇਦਾ ਉਠਾ ਲਿਆ। ਬਾਪੂ ਆਪਾਂ ਸਿਰ ਕਰਜ਼ਾ ਵੀ ਦੇ ਕਿੰਨਾ ਹੋਇਆ ਪਿਆ। ਉਹ ਕਰਜ਼ੇ ਦੀ ਗੱਲ ਨਹੀਂ ਪੁੱਤਰ, ਕਰਜ਼ੇ ਕੁਰਜ਼ੇ ਤਾਂ ਲੈ ਜਾਂਦੇ ਹੁੰਦੇ ਆ, ਰੌਲਾ ਤਾਂ ਆਹ ਜਿਹੜਾ ਆਪਾਂ ਨੂੰ ਧੋਖਾ ਦੇ ਗਈ ਨਾ, ਇਹ ਦੁੱਖ ਨਹੀਂ ਆਪਾਂ ਨੂੰ ਉਹ ਕਰਨਾ ਹੁੰਦਾ, ਕਰਜ਼ੇ ਦਾ ਕੀ ਆ, ਕੋਈ ਗੱਲ ਨਹੀਂ। ਬਾਪੂ ਦੇਖ ਮੈਂ 1 ਰੁਪਿਆ ਕਰਜ਼ਾ ਲੈ ਕੇ ਨੌਕਰੀ ਕਰਾਈ ਉਹਨੂੰ,
पहला पढ़ाई, देख ला किन्ने रुपये लगे पढ़ाई दे, फिर नौकरी वास्ते पैसे दिते। वो तो दिते पुत, मैं भी ताही तेनू कहना भी पैसा की गल नहीं होंगी, गल तो आ जरा इन्होंने आ काम करता बहुत गलत करता ना। मैं धोखा देनी तू पहला दे दे मैं धोखा, कहते तेरे ना मेरे एक जोड़ी नहीं ला मिलती। ਜੇ ਜੋੜੀ ਨਹੀਂ ਮਿਲਦੀ ਉਦੋਂ ਸਾਨੂੰ ਉਹ ਕਰ ਜਾਂਦੇ ਕਹਿੰਦੇ ਸਾਡੇ ਪੈਸੇ ਕਿਆ ਲਵਾਏ ਤੂੰ। ਉਹ ਤਾਂ ਇੱਕ ਇੰਨਾ ਤਰੀਕਾ ਬਣਾਇਆ ਸੀਗਾ ਵੀ ਮੈਂ ਪੜ੍ਹਾ ਸਾਰਾ, ਆਪਾਂ ਨੂੰ ਹੁਣ ਕੀ ਪਤਾ ਅਗਲੇ ਮਨ 'ਚ ਕੀ ਹੈ। ਅੱਜ ਕੱਲ੍ਹ ਆਹ ਕੁਛ ਹੋ ਜਾਂਦਾ, ਹੜਨਾ ਕੁਛ ਕਹਿੰਦੇ ਗਰੀਬ ਨੂੰ ਮਾਰ ਕੇ ਸਾਨੂੰ ਫੀ ਮੈਨੂੰ ਜੇ ਮਾਰਨੇ ਕਿ ਤਕੜੇ ਨੂੰ ਮਾਰਦੇ, ਕਹਿੰਦੇ ਗਰੀਬ ਨੂੰ, ਗਰੀਬ ਤਾਂ ਪਹਿਲੇ ਮਰਿਆ ਹੁੰਦਾ, ਗਰੀਬ ਨੂੰ ਮਾਰ ਕੇ ਕੀ ਮਾਰਨਾ ਹੁੰਦਾ। ਬਾਪੂ ਮਾਂ ਵੀ ਦੇ ਲਾ ਬਦਲ ਗਈ ਮਿੰਟਾਂ 'ਚ। ਉਹ ਤਾਂ ਸਮਝਾਉਂਦੇ ਹੋ ਨਾ ਕੁਛ ਨਾ ਮਾੜਾ ਮੋਟਾ, ਉਹ ਵੀ ਉਹਦੇ ਨਾਲ ਦੀ ਹੋ ਗਈ। ਹੁਣ ਮੈਂ ਜਾ ਕੇ ਆਵਾਂ ਕਿ ਨਾ ਜਾ ਕੇ ਆਵਾਂ, ਕੋਈ ਫਾਇਦਾ ਨਹੀਂ। ਪੱਪੂ ਜਾ ਕੇ ਦੇਖ ਲਾ ਜੇ ਘਰ ਵਾਜੇ ਮੇਰਾ। ਚਲੋ ਦੇਖ ਲੂੰ ਕਦੇ ਜਾ ਕੇ, ਜੇ ਤੈਨੂੰ ਲੱਗਦਾ ਫਿਰ ਤਾਂ ਜਾਣ ਦਾ ਫਾਇਦਾ ਗਾ। ਪੱਪੂ ਮੈਨੂੰ ਤਾਂ ਨਹੀਂ ਲੱਗਦੇ ਵੀ ਆਊਗੀ, ਰੰਗ ਹੀ ਬਦਲ ਗਈ। ਉਹ ਪਾਣੀ ਤੱਕ ਨਹੀਂ ਪੁੱਛਿਆ ਮੈਨੂੰ, ਪਾਣੀ ਵੀ ਕਹਿੰਦੀ ਨਾ ਪੀ, ਵਗ ਜਾ ਇੱਥੋਂ। ਅੱਛਾ ਜੀ, ਜੇ ਤਾਂ ਮੈਨੂੰ ਪਹਿਲੀ ਸਕੀਮ ਬਣਾਈ, ਤਾਂ ਹੀ ਉਹ ਬੈਗ ਬੁੱਕ ਲੈ ਗਈ ਜੀ ਨਾਲ, ਅਤੇ ਤਾਂ ਹੀ ਤੈਨੂੰ ਕਰੀ ਜਾਂਦੀ ਮੈਨੂੰ ਵਾਸਤੇ ਜਿਹੜਾ ਤਾਂ ਆਪਾਂ ਨੂੰ ਕੋਈ ਅਗਲੇ ਮਨ 'ਚ ਕੀ ਹੈ। ਹੁਣ ਤਾਂ ਅਸੀਂ ਨਾਈ ਜਾਵੇ ਨਾਲ, ਮੈਂ ਇੱਥੋਂ ਕਰਾਉਣਾ ਕੀ ਹੈ, ਐਂ ਗੱਲ ਹੋ ਸਕਦੀ ਹੈ। ਬਾਪੂ ਇਹੀ ਗੱਲ ਸੀ, ਆਪਾਂ ਕੀ ਜਾਣਾ, ਆਪਾਂ ਗਰੀਬ ਬੰਦੇ, ਆਪਾਂ ਇੰਨੀਆਂ ਉੱਚੀਆਂ ਸੋਚਾਂ ਨਹੀਂ ਰੱਖਦੇ। ਆਪਾਂ ਤਾਂ ਵੀ ਆਪਾਂ ਵਰਗੀ ਹੈ, ਚਲ ਕੁੜੀ ਗਰੀਬ ਘਰ ਦੀ ਕੁੜੀ ਹੈ, ਚਲ ਪੜ੍ਹਾ ਦੇ ਲਿਖਾ ਦੇਈਏ। ਰੱਬ ਤਾਂ ਪੜ੍ਹਨ ਨੂੰ ਕਹਿੰਦਾ ਸੀ, ਮੈਂ ਵੀ ਤਾਂ ਹੀ ਤੈਨੂੰ ਕਿਹਾ ਵੀ ਪੜ੍ਹਾ ਦੇ ਲਿਖਾ ਦੇ, ਦੇਖ ਮੈਂ ਵੀ ਇੱਕ ਤਾਂ ਕੰਮ ਛੱਡਾ ਛੜਾ ਦੁਬਾਰੇ ਕੰਮ 'ਤੇ ਲੱਗ ਗਿਆ ਸੀ, ਇੱਕ ਪੜ੍ਹਾਉਣ ਦੇ ਮਰਿਆ ਦੇਖ ਲਾ ਹਜੇ ਤੱਕ ਨਹੀਂ ਹੱਥ ਨੂੰ ਉਹ ਹੋਇਆ, ਇਹ ਵੀ ਦੁਖਦਾ, ਮੈਂ ਉਵੇਂ ਕੰਮ 'ਤੇ ਜਾਂਦਾ ਰਹਾਂਗਾ, ਸਿਰਫ ਕੋਹਦਾ ਮਰ ਵੀ ਚੱਲ ਪੜ੍ਹ ਜਾਊਗੀ। ਬਾਪੂ ਜੇ ਮੈਂ ਆਪਣਾ ਧੋਖਾ ਕੀਤਾ ਨਾ, ਧੋਖਾ ਹੋਊ ਉਹਦੇ ਨਾਲ ਵੀ, ਤੂੰ ਦੇਖ ਲਈ ਗਰੀਬ ਦੀ ਹਾਏ ਲੈ ਕੇ ਬਹਿ ਜਾਂਦੀ ਹੈ। ਉਹ ਆਪਣੇ ਕੋਲ ਹੈ ਵੀ ਕੀ ਆ, ਕਹਿੰਦੇ ਹੁੰਦੇ ਹਾਏ ਤੋਂ ਬਿਨਾ, ਚੱਲ ਕਹਿੰਦੇ ਹੁੰਦੇ ਆ ਆਪਾਂ ਤਾਂ ਫਿਰ ਵੀ ਕਹਿੰਦੇ ਹਾਂ ਆਪਦਾ ਸੁੱਖ ਹੀ ਵਸੇ, ਆਪਣੇ ਤਾਂ ਜਿਹੜੀ ਕੁਛ ਹੋਊ ਦੇਖੀ ਜੋ, ਹੋਰ ਕੀ ਹੈ, ਪਰਮਾਤਮਾ ਹੀ ਆ, ਜਿਵੇਂ ਪਰਮਾਤਮਾ ਨੇ ਮਨਜ਼ੂਰ ਸੀ ਕਰਤਾ। ਚੱਲ ਤੂੰ ਨਾ ਵਾਲਾ ਸੋਚ, ਜਿਹੜਾ ਕੁਛ ਹੋਊਗਾ ਦੇਖੀ ਜਾਓ, ਕਰਮਾਂ 'ਤੇ ਛੱਡ ਦੇ, ਇੱਕ ਗੱਲ ਨੂੰ ਸੋਚੀ ਜਾਏਗਾ ਨਾ ਤਾਂ ਲੋਟ ਨਹੀਂ ਰਹਿੰਦਾ, ਤੂੰ ਆਪਣੇ ਆਪ ਸਿਹਤ ਵਿਗਾੜ ਕੇ ਬਹਿ ਜਾਏਗਾ। ਮੈਨੂੰ ਤਾਂ ਐਂ ਸੀਗਾ ਚੱਲ ਮਸਾ ਵਧੀਆ ਸੈੱਟ ਹੋ ਗਈ ਆਪਣੀ ਕਹਾਣੀ, ਚੱਲ ਉਹਨੂੰ ਨੌਕਰੀ ਮਿਲ ਗਈ, ਪਰ ਆਹ ਤਾਂ ਮੇਰੇ ਯਾਦ ਹੀ ਨਹੀਂ ਸੀਗਾ ਵੀ ਆਹ ਕੁਛ ਵੀ ਮੂਹਰੇ ਹੋਣ ਵਾਲਾ ਬਾਕੀ ਪਿਆ। ਇਹ ਆਈ ਕਿਉਂ ਹੁੰਦਾ ਆਪਣੇ ਨਾਲ, ਕੰਮੋਂ ਆ ਗਈ, ਕੰਮੋਂ ਆ ਗਈ, ਕੰਮੋਂ ਆ ਗਈ ਬਾਪੂ, ਕੰਮੋਂ ਆ ਗਈ, ਉਹਦੇ ਕੰਮੋਂ ਆ ਗਈ, ਕੰਮੋਂ ਆ ਗਈ, ਕੰਮੋਂ ਆ ਗਈ ਬਾਪੂ, ਕੰਮੋਂ ਆ ਗਈ। ਓਹੋ ਮੈਂ ਇਹਦਾ ਲੱਗਾ ਸਦਮਾ, ਮੈਂ ਕਦੇ ਸੋਚੂਗਾ। ਓਹੋ ਬਾਪੂ ਉਹ ਕੰਮੋਂ ਆ ਗਈ, ਉਹ ਮਾਂ ਮਾਂ ਆ ਗਈ, ਉਹ ਮਾਂ ਲੈ ਕੇ ਆ ਰਹੀ ਹੈ। ਹੇ ਪਰਮਾਤਮਾ, ਮੈਨੂੰ ਲੱਗਦਾ ਉਹਦੇ ਸਦਮੇ 'ਚ ਇਹਨੂੰ ਉਹ ਹੋ ਗਿਆ, ਹੁਣ ਤਾਂ ਇਹਨੂੰ ਦਿਖਾਉਣਾ ਪਊ ਕਿਸੇ ਨੂੰ। ਬਾਪੂ ਬਾਪੂ ਉਹ ਕੰਮੋਂ ਆ ਗਈ, ਹਾਂ ਆ ਗਈ, ਬਤਾ ਆ ਗਈ, ਉਹਦੇ ਕੀ ਪੈਗ ਲਈ ਆਉਂਦੀ ਹੈ, ਹਾਂ ਆਉਂਦੀ ਹੈ, ਲੱਗਦਾ ਜਿਹੜਾ ਕੰਮ ਨਹੀਂ ਹੋਣਾ ਸੀ ਹੁਣ ਉਹ ਹੋ ਗਿਆ। ਦੇਖ ਲਿਆ ਸੀ ਤੈਨੂੰ ਮੈਂ ਉੱਥੇ ਆਉਂਦੀ ਨੂੰ। ਅੱਛਾ, ਹੋਰ ਮੈਨੂੰ ਪਤਾ ਸੀ, ਮੈਂ ਕਿਹਾ ਤੂੰ ਆਹ ਦਿਨ ਘਰ ਕਰਨਾ, ਫਿਰ ਮੈਂ ਉੱਥੇ ਖੜਾ ਸੀਗਾ, ਮੈਂ ਕਿਹਾ ਚੱਲ ਚੱਲਦੇ ਹਾਂ, ਉਹਨੂੰ ਮੈਂ ਲੰਘਦੇ ਨੂੰ ਦੇਖ ਲਿਆ, ਫਿਰ ਆਪਾਂ ਐਂਟਰੀ ਕਰਤੀ। ਮੈਂ ਤਾਂ ਇਹ ਕਰਦਾ ਸੀ, ਰੋਂਦਾ ਸੀਗਾ, ਮੈਂ ਜਾ ਜਾ ਇੱਧਰ, ਮੈਂ ਨਹੀਂ 5 ਸਾਲਾਂ ਦਾ ਰੋਈ ਜਾਂਦਾ ਤੇਰੇ ਬਿਨਾਂ, ਅਤੇ ਮੇਰੀ ਗੱਲ ਕੁਛ ਖਾਣ ਨੂੰ ਤਾਂ ਲਿਆਉਂਦੇ ਵੀ ਆਈ ਆ, ਭੁੱਖ ਲੱਗੀ ਹੋਊਗੀ ਉਹਨੂੰ ਖਾਣ ਨੂੰ, ਤੂੰ ਕੁਛ ਲੈ ਕੇ ਆਉਣਾ ਸੀ ਖਾਣ ਪੀਣ ਨੂੰ, ਪਾਰਟੀ ਕਰ, ਨੌਕਰੀ ਮਿਲ ਗਈ, ਪੜ੍ਹ ਲੈ ਗਈ ਹੁਣ। ਓਕੇ ਪਾਰਟੀ ਕਰ, ਮੈਂ ਤਾਂ ਉੱਥੋਂ ਆਈ ਹਾਂ ਮਸਾਂ ਨਿਕਲ ਕੇ ਝੰਬੜ ਝਮੇਲੇ ਚੋਂ ਮਸਾਂ, ਹੋਰ ਫਿਰ ਵਧੀਆ ਤਲਾਕ ਲੈਣਾ ਇਹਦੇ ਤੋਂ ਕਿ ਨਹੀਂ, ਫਿਰ ਤਲਾਕ ਹੀ ਹੈ ਬਸ, ਆਪਾਂ ਕਿਹੜਾ ਜਾਣਾ ਗਾ, ਆਪਾਂ ਕਦੋਂ ਕਰਾ ਕੇ ਵਿਆਹ ਫਿਰ, ਬਸ ਕਰਦੇ ਹਾਂ ਮੰਮੀ ਨਾਲ ਗੱਲ ਕੋਈ ਨਾ। ਹੋਰ ਦੱਸ ਠੀਕ ਆ? ਵਧੀਆ ਬਸ, ਚਾਹ ਪੀਂਦੇ ਹਾਂ ਕੋਈ ਨਾ, ਮੰਮੀ ਚਾਹ ਬਣਾਈ ਜਾਂਦੀ ਹੈਗੀ। ਕੱਲ੍ਹ ਤੂੰ ਮੰਮੀ ਨਾਲ ਗੱਲ ਕਰੀ, ਤਾਂ ਮੰਮੀ ਦੇ ਸਾਹਮਣੇ ਇਹੋ ਜਿਹੀ ਗੱਲ ਨਹੀਂ ਕਰ ਸਕਦਾ, ਤੂੰ ਆਪਦੀ ਮੰਮੀ ਨਾਲ ਗੱਲ ਕਰੀ ਆਪਣੇ। ਮੈਂ ਕਿਹਾ ਮੈਂ ਤਾਂ ਸੁਨੀ ਨਾਲ ਹੀ ਵਿਆਹ ਕਰਵਾਉਣਾ, ਮੇਰੀ ਪਸੰਦ ਸੀ। ਚੱਲ ਠੀਕ ਆ, ਹੁਣ ਮੈਂ ਚੱਲਦਾ। ਚੱਲ ਠੀਕ ਆ, ਲੈ ਆਪ ਨਿਕਲ ਗਏ, ਕਹਿੰਦੇ ਤੂੰ ਕਹਿ ਦੀ, ਚੱਲ ਤੇਰੇ ਲਈ ਇਹ ਵੀ ਕਰੂੰਗੀ, ਟੈਨਸ਼ਨ ਕਿਉਂ ਲੈਣਾ।
ਡਿੱਗਣਾ ਪਿਓ ਸਿੱਧੇ ਲੰਘ ਜਾਓ। ਆ ਗਏ ਤੁਸੀਂ? ਦੇਖ ਮੇਰੀ ਗੱਲ ਸੁਣੋ, ਮੈਂ ਤਾਂ ਕਦੋਂ ਦੀ ਡਿੱਗੀ ਆ ਨੀ ਤੁਹਾਨੂੰ। ਤੁਸੀਂ ਸ਼ਰਾਬੀ ਰੱਖੀ ਆ, ਤੈਨੂੰ ਪਤਾ ਹੀ ਨਾ ਹੋਵੇ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੈਂ ਆ ਕੰਪਨੀ ਵਾਲੀ ਡਰੈਸ ਵੀ ਲੈਣੀ ਸੀਗੀ। ਮੇਰੇ ਕੋਲ ਇੱਕ ਤੂੰ ਹਰ ਰੋਜ਼ ਇਹੀ ਪਾ ਕੇ ਜਾਂਦੀ ਹੈਗੀ। ਮੈਨੂੰ ਤਾਂ ਇਹ ਸੀ ਮੈਂ ਤੁਹਾਨੂੰ ਨਾਲ ਲੈ ਕੇ ਚੱਲੂੰਗੀ, ਆਪਾਂ ਇਕੱਠੇ ਚੱਲਾਂਗੇ। ਮੈਂ ਨਹੀਂ ਆਉਣਾ। ਓਹੋ ਚਲੋ ਕੋਈ ਨਾ, ਪੀਤੀ ਹੈ ਤੁਸੀਂ, ਰੈਸਟ ਕਰ ਲਓ ਥੋੜ੍ਹਾ ਟਾਈਮ। ਮੈਨੂੰ ਹੱਥ ਨਾ ਲਾ, ਤੈਨੂੰ ਦੱਸਤਾ ਮੈਂ ਆਪਦੇ ਘਰ ਵਾਲੇ ਦੀ ਨੀ ਹੋਈ, ਮੇਰੀ ਕਿੱਥੋਂ ਹੋ ਜਾਊ। ਹਾਏ ਤੁਸੀਂ ਇਹ ਕੀ ਬੋਲੀ ਜਾਂਦੇ ਹੋਗੇ, ਤੁਸੀਂ ਇਹ ਕਿਹਾ ਸੀ ਮੈਨੂੰ ਵੀ ਤੂੰ ਆ ਜਾ। ਆ ਜਾ ਮੈਂ ਤਾਂ ਸੌ ਕੁਛ ਕਹੂੰਗਾ, ਮੈਂ ਤਾਂ ਕਹੂੰਗਾ ਖੂਤ ਸੌਰ ਮਾਰ ਮਾਰ ਦੇਗੇ। ਦੇਖੀ ਕੱਲ ਹੀ ਮੈਂ ਤੁਹਾਨੂੰ 50,000 ਰੁਪਇਆ ਲਿਆ ਕੇ ਫੜਾਇਆ ਸੀ ਪਹਿਲੀ ਤਨਖਾਹ, ਤੁਸੀਂ ਐਂ ਕਿਉਂ ਕਰਦੇ ਹੋਗੇ? ਮੈਂ ਤਾਂ ਐਂ ਕਰੂੰ, 6 ਸਾਲ ਜਿਹਦੇ ਰਹਿ ਕੇ ਉਹਦੀ ਨੀ ਹੋ ਸਕੀ, ਮੇਰੀ ਕਿੱਥੋਂ ਹੋ ਜਾਏਗੀ? ਤੂੰ 2 ਦਿਨਾਂ ਚ ਦੇਖਿਓ, ਮੈਂ ਤੁਹਾਡੀ ਖਾਤਰ ਇਹ ਸਭ ਕੀਤਾ, ਹੁਣ ਤੁਸੀਂ ਮੇਰੇ ਨਾਲ ਕਿਉਂ ਕਰਦੇ ਹੋ? ਮੇਰੀ ਗੱਲ ਸੁਣੋ, ਐਂ ਨਾ ਕਰੋ ਮੇਰੇ ਨਾਲ, ਮੇਰੀ ਗੱਲ ਤਾਂ ਸੁਣੋ। ਦਿਨੇ ਸ਼ਰਾਬ ਪੀ ਜਾਂਦੇ ਹੋ। ਮੈਨੂੰ ਹੱਥ ਨਾ ਲਾ, 6 ਸਾਲ ਉਹ ਰਹਿ ਕੇ ਹੀ ਆਉਂ, ਇਹਨੂੰ ਕਿਵੇਂ ਤੂੰ ਕਿਵੇਂ ਸੋਚ ਲਿਆ ਮੈਂ ਤੈਨੂੰ ਰੱਖ ਲੂੰਗਾ? ਸਨੀ ਦੇਖ, ਇਹ ਗੱਲਾਂ ਸਾਰੀਆਂ ਪਹਿਲਾਂ ਤੂੰ ਆਪ ਹੀ ਕੀਤੀਆਂ ਸੀਗੀਆਂ, ਇਹਦੇ ਵਿੱਚ ਮੇਰਾ ਕੀ ਕਸੂਰ ਹੈਗਾ? ਮੈਂ ਗੱਲਾਂ ਵਿਆਹ ਦੀਆਂ ਕੀਤੀਆਂ ਸੀ, ਤੇਰੇ ਨਾਲ ਰਹਿਣ ਦੀਆਂ ਨੀ, ਠੀਕ ਆ? ਉਦੋਂ ਕੀਤੀਆਂ ਸੀ, ਹੁਣ ਨੀ। 6 ਸਾਲ ਦੀ ਤੈਨੂੰ ਰਹਿਣ ਨੂੰ ਕਿਹਾ ਸੀ, 2-4 ਮਹੀਨੇ ਹੁੰਦੇ ਆ ਚੱਲ ਜਾਂਦਾ। 2-4 ਮਹੀਨੇ ਮੇਰੀ ਗੱਲ ਸੁਣੋ, ਤੂੰ ਇਹ ਕਿਹਾ ਸੀ ਵੀ ਕਿਹੜਾ ਪੜ੍ਹ ਲਿਖ ਲਾ, ਆਪਣੇ ਪੈਰਾਂ ਤੇ ਖੜੀ ਹੋ। ਆਏ ਨਾ ਕਰ, ਮੈਨੂੰ ਉਹ ਪਾਸੇ ਦੀ ਰਹਿਣਾ ਨਾ, ਮੈਂ ਉਹ ਪਾਸੇ ਦੀ ਰਹਿਣਾ। ਤੈਨੂੰ ਕਿਹਾ ਨਾ ਮੈਨੂੰ ਹੱਥ ਨਾ ਲਾ, ਨਹੀਂ ਕਹਦਾ ਮੈਂ ਕਿਉਂ? ਮੈਂ ਕਿੱਥੇ ਜਾਊਂਗੀ? ਮੈਨੂੰ ਮੇਰੇ ਸਾਰੇ ਨੂੰ ਨਹੀਂ, ਮੈਂ ਕੁੱਟ ਕੇ ਕੱਟੂੰਗਾ। ਹਾਏ ਰੱਬਾ ਮੇਰਿਆ, ਮੇਰੀ ਗੱਲ ਨਾ ਸੁਣ ਲਾ। ਆ ਕੀ ਕੰਮਾ ਕੰਮਾ ਪੁੱਤ, ਆ ਕੀ ਆ ਜੋੜਾ ਕੱਢ ਲਾਇਆ ਤੂੰ? ਧੋਖਾ, ਚੱਲ ਉੱਥੇ ਮੰਜੇ ਤੇ ਬੈਠ, ਨਾ ਪਤਾ ਆਏਗਾ ਥੱਲੇ ਕਾਹਤੋਂ ਬਹਿ ਗਈ, ਖੜੀ ਹੋ ਜਾ। ਲੈ ਤੂੰ ਗੱਲ ਹੀ ਨੀ ਸੁਣਦਾ, ਧੋਖਾ। ਆ ਜਾ ਉੱਥੇ ਮੰਜੇ ਤੇ ਆ ਜਾ, ਚਾਹ ਪਾਣੀ ਪੀ ਲਾ। ਹੈ ਲੈ ਆ ਜਾ ਪੁੱਤ ਉੱਥੇ ਆ ਜਾ, ਆ ਦੇਖੀ ਕੀ ਜਨਾਬ ਜੀ ਚੜਾਈ ਫਿਰਦੀ ਹੈ। ਛੱਡ ਡੈਡੀ, ਧੋਖਾ ਧੋਖਾ ਦੰਦਾ, ਚੱਲ ਦੰਦਾ ਉੱਥੇ ਆ ਜਾ ਮੰਜੇ ਤੇ। ਦੰਦਾ ਸਨੀ, ਸਨੀ ਦੰਦਾ ਕੌਣ? ਸਨੀ, ਸਨੀ ਦੰਦਾ ਕਮੋ ਦੰਦਾ। ਚੱਲ ਪਾਣੀ ਪੂਣੀ ਦੇ, ਤੈਨੂੰ ਨਾਲ ਚਾਹ ਬਣਾ ਕੇ ਦੂ, ਹੈ ਕਿ ਰੋਟੀ ਖਾਏਗਾ? ਮੈਂ ਨਹੀਂ ਜਾਣਾ, ਭੁੱਖਾ। ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ ਜੀ। ਸ੍ਰੀ ਅਕਾਲ ਭਾਈ, ਕਿੰਨੇ ਆਉਣਾ ਹੋਇਆ ਹੋਣਾ? ਮੇਰੀ ਧੀ ਨੂੰ ਬਚਾ ਲਓ ਜੀ, ਉਹਦੀ ਜਾਨ ਤੁਹਾਡੇ ਹੱਥ 'ਚ। ਕਿ ਅਸੀਂ ਕੀ ਕਰਤਾ ਜੀ ਹੁਣ? ਵਧੀਆ ਸਾਡੇ ਨਾਲ ਤਾਂ ਖੜਾ ਛੁੱਟਿਆ ਹੋਇਆ ਤੁਹਾਡਾ ਹੁਣ। ਉਹ ਪਾਗਲ ਹੋਈ ਪਈ ਹੈ। ਹੁਣ ਉਹ ਕਾਹਦੇ ਨਾਲ ਪਾਗਲ ਹੋ ਗਈ? ਚੰਗੀ ਡਿਊਟੀ 'ਚ ਲੱਗੀ ਵੀ ਹੈ, ਉਹ ਕਾਹਦੇ ਨਾਲ ਪਾਗਲ ਹੋ ਗਈ? ਚੰਨੀ ਕਿੱਥੇ ਹੈ? ਚੰਨੀ ਵੀ ਪਾਗਲ ਹੋ ਗਿਆ, ਕੋਈ ਡਾਕਟਰ ਲੱਗ ਗਿਆ ਕੋਈ? ਉਹਨੂੰ ਬਚਾ ਲਓ, ਲੈ ਆਵੇ ਉਹਨੂੰ ਚੰਨੀ। ਵੀ CM ਲੱਗ ਗਿਆ ਉਹ ਤਾਂ ਵਿਚਾਰਾ ਅੰਦਰ ਬੈਠਾ ਕਮਰੇ ਤਾੜ ਕੇ ਰੱਖੀ ਬੈਠਾਗਾ। ਪਰ ਜਿਹੜੀ ਤੁਸੀਂ ਸਾਡੇ ਨਾਲ ਕਰੀ ਹੈ ਨਾ, ਮੈਂ ਤੇਰੀਆਂ ਬਹੁਤ ਮਿੰਨਤਾਂ ਕਰਨੀਆਂ ਜਾ ਕੇ ਭਾਈ, ਚੱਲ ਤੂੰ ਸਮਝਾ ਦੇ ਕੁੜੀਆਂ, ਪਰ ਤੂੰ ਮੇਰੀ ਇੱਕ ਨਹੀਂ ਮੰਨੀ। ਕਹਿੰਦੇ ਜਿਹੜਾ ਧੋਖਾ ਖਾਦਾ ਨਾ, ਧੋਖਾ ਨੂੰ ਧੋਖਾ ਹੀ ਮਿਲਦਾ ਹੁੰਦਾ। ਮੈਂ ਤਾਂ ਜੀ ਫਰਿਆਦ ਲੈ ਕੇ ਆਈ ਤੁਹਾਡੇ ਕੋਲ, ਮੈਂ ਕੋਈ ਜਿੱਦਬਾਜ਼ੀ ਨਹੀਂ ਕਰਨ ਆਈ ਹੈਗੀ।
ਨਾ ਜੀ ਦੇਖੋ ਇੰਨੀ ਉਮਰ ਹੋ ਗਈ ਨਾ ਤਾਂ ਕਿਸੇ ਨਾਲ ਜਿੱਦ ਬਦ ਕਰੀ ਆ ਨਾ ਆਪਾਂ ਨੂੰ ਲੋੜ ਆ ਮੈਂ ਵੀ ਤੁਹਾਡੇ ਕੋਲੋਂ ਫਰਾਦ ਲੈ ਕੇ ਗਿਆ ਸੀ ਜੇ ਉਹ ਇਸ ਕਾਬਲ ਹੁੰਦਾ ਤਾਂ ਮੈਂ ਜ਼ਰੂਰ ਮੈਂ ਫਿਰ ਵੀ ਉਹ ਤੁਹਾਡੀ ਗੱਲ ਸੁਣ ਲੈਂਦਾ ਮੈਂ ਇਹ ਕੀ ਗੱਲ ਸੁਣ ਲਾ ਉਹਦਾ ਪਾਗਲ ਹੈ ਹੁਣ ਉਹਦੇ ਨਾਲ ਰਹਿਣ ਵੇਲੇ ਰਹੀ ਹੁਣ ਉਹਦੇ ਨਾਲ ਕੀ ਰਹੇ ਭੋ ਉਹ ਤਾਂ ਉਹਦੇ ਸਦਮੇ 'ਚ ਪਾਗਲ ਹੋ ਗਿਆ ਆਹ ਦੇਖ ਲਓ ਬਾਹਰ ਲਾਈ ਬੈਠਾ ਅੰਦਰ ਰੋਟੀ ਦੇ ਦੇਣਾ ਬਾਹਰ ਨਹੀਂ ਨਿਕਲ ਸਕਦਾ ਇਨਸਾਨ ਤੋਂ ਗਲਤੀਆਂ ਤਾਂ ਜੀ ਹੋ ਹੀ ਜਾਂਦੀਆਂ ਨੇ ਅਤੇ ਆਪਾਂ ਹੀ ਸੁਧਾਰ ਸਕਦੇ ਹਾਂ ਨਾ ਗਲਤੀਆਂ ਉਹਨੇ ਬੱਚਿਆਂ ਤੋਂ ਵੀ ਗਲਤੀ ਹੋਈ ਹੈ ਦੇਖੋ ਜੀ ਜੇ ਇਹਦੇ 'ਚ ਮੈਂ ਕੁਛ ਕਰਦਾ ਹੁੰਦਾ ਤਾਂ ਕਰ ਸਕਦਾ ਤਾਂ ਜ਼ਰੂਰ ਮੈਂ ਤੁਹਾਡੀ ਮਦਦ ਕਰਦਾ ਮੈਂ ਉਹਦਾ ਕੀ ਕਰਾਂ ਹੁਣ ਉਹ ਤਾਂ ਹੁਣ ਦੱਸਿਆ ਹੈਗਾ ਉਹਦੇ ਸਦਮੇ 'ਚ ਪਾਗਲ ਹੋ ਗਿਆ ਉਹ ਵੀ ਪਾਗਲ ਹੀ ਹੋਈ ਪਈ ਆ ਉਹ ਕਿਹੜਾ ਬਾਹਲੀ ਉਹ ਹੋਈ ਪਈ ਹੈ ਪਾਗਲ ਹੋਈ ਪਈ ਹੈ ਜਾ ਕੇ ਦੇਖ ਲਓ ਭਾਵੇਂ ਦੇਖਣ ਤਾਂ ਜੀ ਮੈਂ ਵੀ ਤੁਹਾਡੇ ਕੋਲ ਫਰਾਦ ਲੈ ਕੇ ਆਇਆ ਸੀ ਮੈਂ ਵੀ ਤੁਹਾਨੂੰ ਕਿਹਾ ਸੀ ਪਰ ਤੁਸੀਂ ਮੇਰੀ ਮੰਨੀ ਨਹੀਂ ਤੁਹਾਨੂੰ ਆਇਆ ਸੀ ਇਹ ਮਜ਼ਾਕ ਕਰਦਾ ਮੈਂ ਮਜ਼ਾਕ ਨਹੀਂ ਕਰਦਾ ਸੀ ਕਹਿੰਦੇ ਸਾਨੂੰ ਜਦੋਂ ਆਦਤ 'ਤੇ ਪੈਂਦੀ ਉਦੋਂ ਪਤਾ ਲੱਗਦਾ ਮੈਂ ਵੀ ਤੁਹਾਡੇ ਕੋਲ ਇਹੀ ਕਹਿੰਦਾ ਸੀ ਉਦੋਂ ਤੁਸੀਂ ਮੌਕਾ ਸੰਭਾਲ ਜਾਂਦੇ ਨਾ ਵਧੀਆ ਮੇਰਾ ਵੀ ਘਰ ਵੱਸਦਿਆਂ ਜਾ ਰਹਿ ਜਾਂਦਾ ਅੱਜ ਕੀ ਮਿਲਿਆ ਨਾਲੇ ਤਾਂ ਮੇਰਾ ਪੱਟਿਆ ਗਿਆ ਨਾਲੇ ਤੁਹਾਡਾ ਪੱਟਿਆ ਗਿਆ ਤੁਹਾਡੀ ਗੱਲ ਤਾਂ ਸਹੀ ਹੈ ਜੀ ਪਰ ਜੇ ਮੈਂ ਤੁਹਾਡੀ ਗੱਲ ਮੰਨੀ ਹੁੰਦੀ ਆ ਜਾਂ ਆਪਾਂ ਔਖੇ ਨਾ ਹੁੰਦੇ ਨਾ ਤੁਸੀਂ ਔਖੇ ਹੁੰਦੇ ਨਾ ਅਸੀਂ ਹੁੰਦੀਆਂ ਹੁਣ ਪਿਓ ਵਾਰੀ ਆ ਮੈਂ ਉਹਦਾ ਕੀ ਕਰਾਂ ਮੈਂ ਤਾਂ ਲੋਕਾਂ ਦੇ ਭਾਂਡੇ ਮਾਂਜਦੀ ਫਿਰਦੀ ਹਾਂ ਉਹ ਘਰੇ ਬਹਿ ਗਈ ਕਹਿੰਦੀ ਮੈਂ ਤਾਂ ਜਾਣਾ ਨਹੀਂ ਹੁਣ ਹੋਰ ਵੀ ਪੰਗਾ ਪੈ ਗਿਆ ਪਾਗਲ ਹੋ ਗਏ ਉਹਨੂੰ ਮੈਂ ਉਹਨੂੰ ਸੰਭਾਲਾਂ ਵੀ ਕੰਮ ਕਰਨ ਜਾਵਾਂ ਬਾਹਰ ਭਾਈ ਕਰਨਾ ਪੈਂਦਾ ਮੈਂ ਵੀ ਅੱਗੇ ਕੰਮ 'ਤੇ ਜਾਂਦਾ ਸੀ ਮੈਂ ਵੀ ਹੁਣ ਸੰਭਾਲਦੀ ਬਾੜ ਆਈ ਬੈਠਾ ਅੰਦਰ ਹੁਣ ਮੇਰੀ ਉਮਰ ਆ ਉਮਰ ਰੋਟੀਆਂ ਪਕਾਉਣ ਦੀ ਪਕਾ ਪਕਾ ਕੇ ਦਿੰਦਾ ਕਿਤੇ ਘਰੇ ਹੁੰਦੇ ਸਾਨੂੰ ਸੁੱਖ ਹੁੰਦਾ ਉਹਦਾ ਹੁਣ ਕੀ ਹੀਲਾ ਕਰੀਏ ਤੁਸੀਂ ਦੱਸੋ ਹੀਲਾ ਤਾਂ ਇੱਕੋ ਹੀ ਆ ਜੀ ਜਾਂ ਤਾਂ ਇਹਨਾਂ ਨੂੰ ਪਾਗਲ ਖਾਨੇ ਛੱਡ ਦਿਓ ਚਾਹੇ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਕਰਕੇ ਦੇਖ ਲਓ ਜੇ ਭਾਈ ਇੱਕ ਦੂਜੇ ਨੂੰ ਕੀ ਆ ਲੋਟ ਹੋ ਗਏ ਬਸ ਆਹ ਦੋ ਹਾਲ ਲਿਆ ਉਹ ਤਾਂ ਸੀ ਜਾਹੇ ਨਹੀਂ ਜੇ ਲੋਟ ਹੋ ਗਿਆ ਠੀਕ ਆ ਨਹੀਂ ਭਾਈ ਤੁਸੀਂ ਵੀ ਪਾਗਲ ਸਾਨੇ ਛੱਡਿਆ ਉਹ ਤਾਂ ਮੈਂ ਵੀ ਛੱਡ ਆਊਂਗਾ ਮੇਰੇ ਕੋਲ ਤਾਂ ਆ ਗਏ ਚੱਲ ਤੁਸੀਂ ਮੇਰੇ ਕੋਲ ਆਸ ਲੈ ਕੇ ਆਓ ਊਂ ਤਾਂ ਕਹਿੰਦੇ ਹੁੰਦੇ ਹੈਗੇ ਜਦੋਂ ਕਿਸੇ ਨਾਲ ਧੋਖਾ ਹੁੰਦਾ ਹੱਕ ਤਾਂ ਹੁੰਦਾ ਨਹੀਂ ਜਦੋਂ ਆਪਣੇ ਕਿਸੇ ਟੁੱਟੀ ਜਾਂਦੀ ਆ ਪਰ ਨਹੀਂ ਮੈਂ ਕਹੂੰ ਆਪਣਾ ਪਹਿਲੇ ਆਪਣੇ ਸਾਡੇ ਗੁਰੂਆਂ ਨੇ ਤਾਂ ਇਹੀ ਦੱਸੀ ਆ ਵੀ ਗੱਲ ਕਹਿੰਦੇ ਤਾਂ ਕੋਈ ਗੱਲ ਨਹੀਂ ਕਿਸੇ ਨੂੰ ਮਾਫ਼ ਕਰ ਦਿਓ ਨਾ ਅਤੇ ਬੰਦਾ ਕੋਈ ਛੋਟਾ ਨਹੀਂ ਹੁੰਦਾ ਹੁੰਦਾ ਮੈਂ ਤਾਂ ਫਿਰ ਵੀ ਪਰਮਾਤਮਾ ਦੇ ਬਚਨਾਂ 'ਤੇ ਖੜਾਂਗਾ ਚੱਲ ਆਪਾਂ ਤਾਂ ਇਹ ਕਹਿੰਦੇ ਜੇ ਇੰਨਾ ਜ਼ਿੰਦਗੀ ਹਜੇ ਵੱਜਦੀ ਮੁੰਡੇ ਦੀ ਖਾਤਰ ਚੱਲ ਕੋਈ ਗੱਲ ਨਹੀਂ ਕਿ ਮੁੰਡਾ ਇਹਦਾ ਕਰਦਾ ਵਾਲਾ ਸੀਗਾ ਵੀ ਜੇ ਮੇਰਾ ਅੱਜ ਮੇਰਾ ਮੁੰਡਾ ਠੀਕ ਹੁੰਦਾ ਇਹਦੇ ਨਾਲ ਮੈਂ ਹਜੇ ਫਿਰ ਵੀ ਉਹ ਕਰਨ ਨੂੰ ਤਿਆਰ ਹਾਂ ਸੋਰੀ ਮੇਰੀ ਮੰਨੀ ਨਹੀਂ ਉਦੋਂ ਮੇਰੀ ਗੱਲ ਮੰਨੀ ਨਹੀਂ ਹੈਗੀ ਮੈਂ ਇਹ ਨਹੀਂ ਕਿਹਾ ਸੀ ਵੀ ਤੂੰ ਇਹਨੂੰ ਛੱਡ ਕੇ ਆ ਇਹ ਗੱਲ ਨਹੀਂ ਕਹੀ ਸੀ ਮੈਂ ਤਾਂ ਜੀ ਤੁਹਾਡੀ ਗਰੀਬੀ ਦੂਰ ਹੋ ਜੂ ਤੂੰ ਕਿਸੇ ਨੌਕਰੀ 'ਤੇ ਲੱਗ ਜਾਏ ਦੇਖੋ ਜੀ ਮੈਂ ਤਾਂ ਦੇਖ ਮੈਂ ਦਿਹਾੜੇ ਗੱਲ ਕਰ ਮੇਰੀ ਕਿਹੜਾ ਉਮਰ ਸੀਗੀ ਚੱਲ ਮੁੰਡਾ ਉਦੋਂ ਉਹ ਨਹੀਂ ਕਰਦਾ ਮੈਂ ਫਿਰ ਵੀ ਇਹਨੂੰ ਪੜ੍ਹਾਇਆ ਲਿਖਾਇਆ ਚੱਲ ਕੋਈ ਮਾਂ ਭਾਈ ਮੈਂ ਕੰਮ 'ਤੇ ਲੱਗ ਜੂ ਮੈਂ ਕੰਮ 'ਤੇ ਲਿਆ ਕੇ ਇਹਨੂੰ ਪੜ੍ਹਾਇਆ ਲਿਖਾਇਆ ਵੀ ਇਹਦੇ ਨੌਕਰੀ 'ਤੇ ਲਾਤਾ ਉਦੋਂ ਬਾਅਦ ਸਾਡੇ ਮਾਰੀ ਤੁਸੀਂ ਠੋਕਰ ਚੱਲ ਉਹ ਆਉਣ ਸਾਰੀ ਇੱਥੇ ਜਦੋਂ ਤੁਹਾਡੇ ਕੋਲ ਆਇਆ ਨਾ ਆਉਣ ਸਾਰੀ ਲੱਗ ਗਿਆ ਉਹ ਕੰਮੋ ਕੰਮੋ ਆ ਗਏ ਕੰਮੋ ਆ ਗਏ ਮੈਨੂੰ ਉਹਦੀ ਪਤਾ ਲੱਗ ਗਿਆ ਜਿਹੜਾ ਕੰਮ ਨਹੀਂ ਹੋਣਾ ਸੀ ਉਹੀ ਹੋ ਗਿਆ ਲੋਡ ਪਾ ਗਿਆ ਦਿਮਾਗ 'ਤੇ ਹਾਂ ਬਸ ਐਂ ਕਰੀ ਜਾਂਦਾ ਰਹਿੰਦਾ ਗਾ ਹੁਣ ਆਹ ਤੁਹਾਨੂੰ ਸੁਣਦੇ ਹੋ ਆ ਦੇਖੋ ਉਸੇ ਦੀ ਬਾਜ਼ ਹੀ ਆਈ ਜਾਂਦੀ ਹੈ ਆ ਦੇਖੋ ਕਿਉਂਕਿ ਕੱਡਾ ਚੁੱਚੀ ਬੋਲੀ ਜਾਂਦਾ ਬਸ ਐਂ ਕਰੀ ਜਾਂਦਾ ਕੰਮੋ 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 ਆ ਗਈ ਆਈ ਆ ਦੇਖੋ ਜੀ ਆਉਂਦੀ ਆ ਬਾਜ਼ਾ ਤਾਂ ਸੁਣੀ ਆਈ ਮਸਾਈ ਕਰੀ ਜਾਂਦਾ ਇਹਦਾ ਕੰਮੋ ਆ ਗਈ ਕੰਮੋ ਆ ਗਈ ਹੁਣ ਭਾਈ ਦੱਸੋ ਜੀ ਮੇਰਾ ਕੀ ਕਸੂਰ ਆ ਮੈਂ ਤਾਂ ਇੱਕ ਵਾਰ ਦੱਸੀ ਗੱਲ ਮੈਂ ਤਾਂ ਫਿਰ ਵੀ ਕੱਲ੍ਹ ਨੂੰ ਤੁਸੀਂ ਐਂ ਨਾ ਕਹੋ ਸਾਨੀ ਸਾਨੂੰ ਮੋੜਤਾ ਇੱਕ ਵਾਰੀ ਇਹਨਾਂ ਨੂੰ ਆਪਾਂ ਇਕੱਠੇ ਕਰਕੇ ਦੇਖ ਲਾਂਗੇ ਜੇ ਭਾਈ ਠੀਕ ਹੋ ਗਏ ਤਾਂ ਕਈ ਵਾਰੀ ਮਹਾਰਾਜ ਸੁਣ ਲਏ ਕਹਿੰਦੇ ਹੁੰਦੇ ਜੇ ਹੁਣ ਪਾਗਲ ਹੋ ਗਏ ਨਾ ਤਾਂ ਤੁਹਾਡੇ ਪਾਸ ਆਏ ਨਾ ਮੇਰੇ ਪਾਸ ਆ ਚੱਲ ਤੁਸੀਂ ਤਾਂ ਜਿਹੜੀ ਕਰਨੀ ਕਰਤੀ ਮੈਂ ਫਿਰ ਵੀ ਤੁਹਾਡੇ ਨਾਲ ਖੜਾ ਜੇ ਮੇਰੇ ਮੁੰਡੇ ਦੀ ਜ਼ਿੰਦਗੀ ਬਸਦੀ ਆ ਤਾਂ ਵੀ ਮੈਂ ਨੀਵਾਂ ਹੋ ਜੂੰਗਾ ਜੇ ਹੋਰ ਇਹਦੇ 'ਚ ਕੀ ਆ ਇਕੱਲੇ ਦਾ ਇਕੱਲਾ ਤਾਂ ਹੁਣ ਜੋਗਰਾ ਹੈ ਨਹੀਂ ਜਿਵੇਂ ਮੇਰੀ ਕੁੜੀ ਹੈ ਜਾਂ ਤਾਂ ਤੁਸੀਂ ਨਾਲ ਆਇਓ ਚੱਲ ਕੋਈ ਨੀ ਭਾਈ ਮੈਂ ਕਿਸੇ ਹਿਸਾਬ ਨਾਲ ਕਰਦਾ ਕੋਈ ਬੰਦੋਬਸਤ ਸੋਚ ਕੇ ਕੋਈ ਨੀ ਕਰਦਾ ਇਹ ਠੀਕ ਹੈ ਜ਼ਰੂਰ ਸੋਚੋ ਆਪਣੇ ਬੱਚੇ ਆ ਫਿਰ ਵੀ ਮੈਂ ਬੱਚੇ ਦਾ ਮੈਂ ਕਹਿਣਾ ਜੇ ਮੇਰਾ ਮੁੰਡਾ ਚ ਠੀਕ ਹੁੰਦਾ ਬਾਹਰ ਆ ਜੂ ਮੇਰਾ ਘਰ ਬਾਦਿਆਂ ਚ ਰਹਿ ਜੂਗਾ ਹੁਣ ਤਾਂ ਯਾਰ ਮੈਂ ਉਹਨੂੰ ਦੇਈ ਜਾਂਦਾ ਕੱਲ ਨੂੰ ਉਦੋਂ ਬਾਅਦ ਮਿੱਥੋਂ ਬਾਅਦ ਕਿਹੜਾ ਦੇਊ ਮੈਂ ਵੀ ਆਹ ਸੋਚ ਬੈਠਾਂਗਾ ਜੇ ਇਕੱਠੇ ਕਰ ਦਈਏ ਨਾ ਜੀ ਇਹਨਾਂ ਨੂੰ ਖਬਰਾਂ ਇਹ ਸਹੀ ਹੋ ਜਾਣ ਠੀਕ ਹੋ ਜਾਣ ਦੋਨੇ ਤੇ ਘਰ ਬਾਦਿਆਂ ਚ ਰਹਿ ਜੂਗਾ ਮੈਨੂੰ ਵੀ ਆਈ ਆ ਕੀ ਇਹ ਕਹਿੰਦੇ ਪਰਮਾਤਮਾ ਸੁਣ ਲੈਂਦਾ ਹੁੰਦਾ ਹੈ ਚਲੋ ਕੋਈ ਗੱਲ ਨਹੀਂ ਜੀ ਮੈਂ ਤੁਹਾਡੇ ਬਾਰੇ ਜ਼ਰੂਰ ਸੋਚੂਗਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਏ ਆ ਪਰ ਉਹ ਮੇਰਾ ਹੱਕ ਤਾਂ ਹੈ ਨਹੀਂ ਸੀ ਚਾਹ ਮੈਂ ਅੱਜ ਮੁੰਡੇ ਦੀ ਖਾਤਰ ਫਿਰ ਵੀ ਹਾਂਜੀ ਜ਼ਰੂਰ ਰਾਹ ਕਰੂੰਗਾ ਪੁੱਤਾਂ ਦੀਆਂ ਵਾਸਤੇ ਸਭ ਕੁਝ ਕਰ ਲਿਆ ਮੈਨੂੰ ਵੀ ਸੰਭਾਲਣਾ ਔਖਾ ਅੰਦਰ ਬੈਠਾ ਗਾ ਬਸ ਤੇ ਕੋਈ ਗੱਲ ਨਹੀਂ ਹੋ ਚਾਹ ਪਾਣੀ ਦੱਸੋ ਜੀ ਬਸ ਜੀ ਬਣਾ ਲੈਣੇ ਘੁੱਟ ਤੁਸੀਂ ਦੂਰੋਂ ਆਏ ਹੋ ਬਸ ਪੀ ਕੇ ਆਏ ਆ ਚਾਹ ਤਾਂ ਤੁਸੀਂ ਗੌਰ ਕਰਿਓ ਜੀ ਮੇਰੀ ਗੱਲ ਦਾ ਕੋਈ ਮੈਂ ਆਉਂਗਾ ਤੁਹਾਡੇ ਕੋਲੇ ਠੀਕ ਹੈ ਜੀ ਹਾਂ ਮੈਂ ਲੈ ਕੇ ਨਾ ਇੱਕ ਦੋ ਬੰਦੇ ਤੁਹਾਡੇ ਕੋਲੇ ਆ ਜਾਣੇ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਨਾ ਬਈ ਜੇ ਆਪਣਾ ਕੰਮ ਲੋਟ ਆ ਗਿਆ ਤਾਂ ਠੀਕ ਆ ਤੇ ਨਹੀਂ ਫਿਰ ਆਪਾਂ
चल ठीक हो जूगा, इन्नी बहुत आ मैनू। चल केरा मैं की करता, उन्होंने लिया के देख लेना चाहते की है, कमो कमो करता ठीक ही हो जाए। कहने होंगे कोई पता नहीं होंगे, जे इन्हू भी पागलखाने छड़ता, उन्होंने भी पागलखाने छड़ता, दोनों फिर अड्डो उड्डी रह जाएंगे। जे आप कट्ठे करके देख रहे दोनों ठीक भी हो सकते हैं, कोई पता नहीं होंगे। मैं कर चाहने तो बंदे की राय लाए पता लग, सियाने बंदे की राय लै के चंगी होंगी, राय लैन का कोई डर नहीं, दो बंदे ही राय लेने। ਬੈਗ ਕਮੋ ਤੁਹਾਡੇ ਕਿੰਨਾ ਪਈ ਚੁੰਨੀ ਨੱਥਰ ਆ ਦੇ ਕੌਣ ਗਿੱਦੀ ਕਮੋ बापू तू भी आई हो गए मैं ता ही लैके आई, मैं की तू ठीक हो जाए, इन्हें आके तेन धक्का मारिया, तेरा सिर कंध च बजा, तू तो लोट हो गया, हूं रह गई गंदा कमो, हूं तू ठीक कर पता, तू भी गंदा, ये ठीक करने वो ठीक हो जाओ, ये भी पागल हो गए उत्थे जाके माए लैके आए, माँ आई थी मेरे को, मैं तुम दसा कहती भाई मेरे माँ खा भाई पागल खाने का छड़ना, ये ना आप देख लें कमो की हो गया तेन गंदा कमो हाँ खेडा आप खेडा हाँ आए खेडी गंदा तू भी गंदा बन जाएगा फिर ना बापू ये आप इलाज कराने ये किवें पागल हो गई वो तेन दे आहो एक दो दिन आहो रख आप ही सेट हो जाए दिमाग ते गल बैठी भी है कोई जिवें तेरे बह गई सी गंदा बापू किन्ने मर्दी पैसे लगे ना ये आप इलाज कराइए आप तो करा देंगे मैं तेरी सुख भाल दा तेरी खातर पाए पहला कड़ा लाए नहीं होर ला देंगे ਬਾਪੂ ਇਹਨੂੰ ਅੰਦਰ ਲੈ ਕੇ ਚੱਲਦੇ ਆਪਾਂ ਆਪਾਂ ਡਾਕਟਰ ਕੋਲ ਚੱਲਦੇ ਆ ਇਹ ਇਲਾਜ ਕਰਾ ਦੇ ਬਾਪੂ ਕਿਹੜੀ ਮਰਜ਼ੀ ਕਰਾ ਬਾਪੂ ਇਹ ਇਲਾਜ ਕਰਾ ਦੇ ਮੈਂ ਖਾ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਆਪਣੀ ਜਿਹੜੀ ਵੀਡੀਓ ਆ ਇਹ ਤਾਂ ਆਪਾਂ ਅਸੀਂ ਪੱਕਾ ਟਾਈਮ ਬੰਨਤਾ ਤੇ ਐਤਵਾਰ ਨੂੰ 6 ਵਜੇ ਅਸੀਂ ਪਾ ਦਿਆ ਕਰਾਂਗੇ ਸਵੇਰ ਦੇ 6 ਵਜੇ ਤੇ ਇੱਕ ਵੀਰਵਾਰ ਨੂੰ ਵੀ ਸਵੇਰ ਦੇ 6 ਵਜੇ ਆਊਗੀ ਮੁੜ ਕੇ ਫਿਰ ਐਤਵਾਰ ਨੂੰ ਆ ਜਾਊਗਾ ਇਹ ਅਸੀਂ ਪੱਕੇ ਟਾਈਮ ਬੰਨਤੇ ਚਰਨਾ ਵਾਲਿਆਂ ਲਈ ਤੇ ਇੱਕ ਆਪਣਾ ਚੈਨਲ ਹੋਰ ਵੀ ਆ ਤੇ ਚਰਨਾ ਟੀਵੀ ਉਹਤੇ ਵੀ ਤੁਸੀਂ ਧਿਆਨ ਰੱਖਿਆ ਕਰੋ ਬਸ ਆਪਣੇ ਇਹ ਦੋ ਚੈਨਲ ਆ ਗਏ ਇਹਨਾਂ ਦਾ ਧਿਆਨ ਰੱਖਿਓ ਤੇ ਅੱਗੇ ਆਪਣੇ ਮਨਪ੍ਰੀਤ ਜੀ ਬੋਲਣਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ